ਸਤਿ ਸ਼੍ਰੀ ਅਕਾਲ ਜੀ ਅਸੀਂ ਬਲਬੀਰ ਸਟੋਰ ਪੋਸਟ ਆਫਿਸ ਚੌਂਕ ਮਾਡਲ ਟਾਊਨ ਲੁਧਿਆਣਾ ਤੋਂ ਇੱਕ ਵਾਰੀ ਫੇਰ ਤੁਹਾਡੇ ਸਾਰਿਆਂ ਵਾਸਤੇ ਅੱਜ ਜਿਵੇਂ ਕੀ ਸਪੈਸ਼ਲ ਚੀਜ਼ਾਂ ਤੁਹਾਨੂੰ ਦਿਖਾ ਰਿਹਾ ਕਾਟਨ ਦੇ ਵਿੱਚ ਐਕਸਕਲੂਸਿਵ ਵੀਡੀਓ ਹੈਗੀ ਕਾਟਨ ਦੀ ਮੇਰੇ ਖਿਆਲ ਸਾਰੇ ਹੀ ਆਰਟੀਕਲ ਨਵੇਂ ਨੇ ਇਹਦੇ ਚੋਂ ਤੁਹਾਡਾ ਕੋਈ ਵੀ ਡਿਜ਼ਾਈਨ ਹੀ ਦੇਖਿਆ ਹੋਏਗਾ ਫੈਬਰਿਕ ਤਾਂ ਦੇਖੋ ਜਿਵੇਂ ਲਿਲਨ ਚੱਲ ਰਹੀ ਹੈ ਕਾਟਨ ਚੱਲ ਰਹੀ ਹੈ ਲਗਜ਼ਰੀ ਕਾਟਨ ਚੱਲ ਰਹੀ ਹੈ ਮਸਲੀਨ ਚੱਲ ਰਹੀ ਹੈ ਮੋਡਲ ਕਾਟਨ ਚੱਲ ਰਹੀ ਹੈ ਤੇ ਫਾਈਨ ਕਾਟਨ ਜਿਵੇਂ 2x2 ਦੇ ਵਿੱਚ ਆਈਟਮ ਆ ਰਹੀਆਂ ਨੇ तकरीबन ਸਾਰੇ ਪ੍ਰਿੰਟਿੰਗ ਦੇ ਆਈਡੀਆ ਨੇ ਹੋ ਸਕਦਾ ਵਿੱਚ 2-4 ਐਮਬਰਾਇਡਰੀ ਵਾਲੇ ਆਰਟੀਕਲ ਹੋਣਗੇ ਤੇ ਚੀਜ਼ਾਂ ਸਾਰੀਆਂ ਬਿਲਕੁਲ ਡਿਫਰੈਂਟ ਨੇ ਤੇ ਤੁਸੀਂ ਇਹਨਾਂ ਵਾਸਤੇ ਨੰਬਰ ਨੋਟ ਕਰ ਲਓ ਇੱਕ ਵਾਰੀ ਜੀ ਇਹ ਸਾਡੇ ਤਿੰਨ ਨੰਬਰ ਨੇ ਸਟੋਰ ਦੇ ਇਹਨਾਂ ਤਿੰਨ ਨੰਬਰਾਂ ਤੇ WhatsApp ਚੱਲਦਾ ਤੁਹਾਨੂੰ ਜੋ-ਜੋ ਚੰਗਾ ਲੱਗਦਾ ਤੁਸੀਂ ਜਲਦੀ-ਜਲਦੀ ਵੀਡੀਓ ਚੋਂ ਸਕਰੀਨਸ਼ਾਟ ਲੈ ਕੇ ਇਹਨਾਂ ਤਿੰਨਾਂ ਨੰਬਰਾਂ 'ਚੋਂ ਕਿਸੇ ਵੀ ਨੰਬਰ ਤੇ ਪਿਕ ਭੇਜ ਕੇ ਆਪਣੇ ਪੀਸ ਫਾਈਨਲ ਕਰ ਸਕਦੇ ਹੋ ਵਰਲਡ ਵਾਈਡ ਸ਼ਿਪਮੈਂਟ ਆਪਣੀ ਕਿਤੇ ਵੀ ਤੁਸੀਂ ਬੈਠ ਕੇ ਸ਼ਾਪਿੰਗ ਕਰ ਰਹੇ ਹੋ ਕਿੱਥੇ ਵੀ ਤੁਸੀਂ ਪਾਰਸਲ ਮੰਗਾਣਾ ਚਾਹੁੰਦੇ ਹੋ ਆਪਣੇ ਕੋਲ ਹਰ ਤਰ੍ਹਾਂ ਦਾ ਅਰੇਂਜਮੈਂਟ ਹੈਗਾ ਜੀ ਅਗਰ ਤੁਸੀਂ ਕੋਈ ਚੀਜ਼ਾਂ ਹੋਰ ਦੇਖਣੀ ਚਾਹੁੰਦੇ ਹੋ ਆਪਾਂ ਜਿਵੇਂ ਕੋਈ ਵੈਡਿੰਗ ਸ਼ਾਪਿੰਗ ਕਰਨੀ ਹੈ ਕੋਈ ਜਿਵੇਂ ਤੁਹਾਨੂੰ ਮੈਂ ਸੂਟ ਕਾਟਨ ਦਿਖਾ ਰਿਹਾ ਤੁਸੀਂ ਇਸ ਤੋਂ ਇਲਾਵਾ ਕੋਈ ਪਾਰਟੀ ਵੇਅਰ ਦੇਖਣੇ ਕੋਈ ਲਹਿੰਗੇ ਦੇਖਣੇ ਕੋ ਡ्रेसेस ਦੇਖਣੀਆਂ ਤਾਂ ਤੁਸੀਂ ਇਹਨਾਂ ਨੰਬਰਾਂ ਚੋਂ ਕਿਸੇ ਵੀ ਨੰਬਰ ਉੱਤੇ ਕਾਲ ਕਰਕੇ ਟਾਈਮ ਫਿਕਸ ਕਰਕੇ ਵੀਡੀਓ ਕਾਲ ਵੀ ਕਰ ਸਕਦੇ ਹੋ ਠੀਕ ਹੈ ਜੀ ਕੁਲਵੀਰ ਜੀ ਸੱਸੀ ਕਾਲ ਜੀ ਮਠਾੜੂ ਜੀ ਅਰਵਿੰਦਰ ਜੀ ਸੱਸੀ ਕਾਲ ਜੀ ਕਮਾਈ ਸੱਸੀ ਕਾਲ ਜੀ ਗੋਹਿਲ ਸਾਹਿਬ ਜੀ ਸਤਿੰਦਰ ਜੀ ਸੱਸੀ ਕਾਲ ਜੀ ਤੇ ਸਾਡਾ ਗਿਫਟ ਦੀਦੀ ਰਹਿ ਗਿਆ ਸੀ ਕੱਲੋ ਤਰ ਮੈਂ ਲਾਸਟ ਦਿਖਾਵਾਂਗਾ ਅੱਜ ਵੀ ਗਿਫਟ ਦਾ ਉਹ ਚੱਲ ਰਿਹਾ ਸਿਸਟਮ ਖੁਸ਼ਾਰਾ ਸੀ 15 ਮਿੰਟ ਤੱਕ ਉਹ ਗਿਫਟ ਲੋਚ ਕਰ ਦिए ਜੋ ਵੀ ਕਰਨਾ ਸੀ ਉਹ ਤੁਹਾਨੂੰ ਫਸਟ ਵੀ ਧਾਰਿਆ ਲਿਲਨ ਦੇ ਵਿੱਚ ਪ੍ਰਿੰਟਿੰਗ ਆਈ ਹੈ ਪੋਲਕਾ ਡਾਟ ਬਿਲਕੁਲ ਐਕਸਕਲੂਸਿਵ ਚੀਜ਼ ਹੈ ਦੇਖੋ ਕਲਰ ਮੈਚਿੰਗ ਕਿੰਨੀ ਪਿਆਰੀ ਹੈ ਕਲਰ ਫਰੋਜ਼ੀ ਹੈਗਾ ਪਿੰਕ ਹੈਗਾ orange ਹੈਗਾ grey ਹੈਗਾ green ਹੈਗਾ ਮਤਲਬ 6-7 ਕਲਰ ਦੀ ਮਲਟੀ ਕਲਰ ਦੀ ਪੋਲਕਾ ਡਾਟ ਨੇ ਫਰੰਟ ਵੀ ਸੇਮ ਹੈ ਬੈਕ ਵੀ ਸੇਮ ਹੈ ਕਾਟਨ ਦੀ ਬਾਟਮ ਆਏਗੀ grey ਕਲਰ ਦੀ ਤੇ ਚੁੰਨੀ ਨਾਲ ਬਹੁਤ ਸੋਹਣੀ ਆਏਗੀ ਚੁੰਨੀ ਦੇ ਉੱਤੇ ਲੇਕਿਨ ਕੁੱਲ ਮਿਲਾ ਕੇ ਚੀਜ਼ ਬਹੁਤ ਪਿਆਰੀ ਹੈ ਜਿਹੜੀ ਇਸ ਤਰ੍ਹਾਂ ਦੁਪੱਟੇ ਸੈਂਟਰ ਵਿੱਚ ਇਸ ਤਰ੍ਹਾਂ ਮਿਕਸਰ ਮੈਚ ਪ੍ਰਿੰਟਿੰਗ ਹੈ ਤੇ ਸਾਈਡਾਂ ਉੱਤੇ ਇਸ ਤਰ੍ਹਾਂ ਹੀ ਪੋਲਕਾ ਡਾਟ ਆਣ ਕੇ ਵਿੱਚ ਆ ਲੁੱਕ ਆਏਗੀ ਪੂਰੀ ਆਰਟੀਕਲ ਦੀ ਦੂਜਾ ਕਲਰ ਭਾਈ ਸ਼ੋਅ ਕਰਦੇ ਹੋ ਇਹ ਹੈਗਾ ਗ੍ਰੇ ਕਲਰ ਜੀ ਦੂਜਾ ਹੈਗਾ ਸਕਿਨ ਕਲਰ ਜੀ ਦੇਖੋ ਕਲਰ ਮੈਚਿੰਗ ਆਲਮੋਸਟ ਸੇਮ ਹੀ ਹੈ ਤੇ ਸਿਰਫ ਬੇਸ ਦਾ ਕਲਰ ਚੇਂਜ ਕੀਤਾ ਹੋਇਆ ਬਹੁਤ ਪਿਆਰੀ ਕਲੈਕਸ਼ਨ ਹੈ ਕਪੜਾ ਵੀ ਬਹੁਤ ਸੋਹਣਾ ਸ਼ਰਟ نیچے ਲੈਨਿੰਗ ਲਵਾ ਕੇ ਬਣਾਇਓ ਤੇ ਗੈਟ ਅਪ ਬਹੁਤ ਆਏਗੀ ਪੀਸ ਦੀ ਆਈਟਮ ਨੰਬਰ 1 ਹੈ ਪ੍ਰਾਈਸ ਪੈਗਾ ਤਾਂ 3600 ਰੁਪਏ ਜੀ ਨੈਕਸਟ ਲੋ ਜੀ ਇਹ ਜਿਹੜਾ ਤੁਹਾਨੂੰ ਸੈਕੰਡ ਆਪਸ਼ਨ ਦਿਖਾਈ ਹੈ ਨਾ ਉਹ ਵੀ ਚੀਜ਼ ਬਹੁਤ ਪਿਆਰੀ ਹੈ ਆਈਸ ਬਲੂ ਕਲਰ ਦੇ ਵਿੱਚ ਆਈਟਮ ਆਈ ਹੈ ਇਹ ਦੇਖੋ ਸਾਡੇ ਕੋਲ ਨਾ ਬਹੁਤੀ ਐਮਬਰਾਇਡਰੀ ਨਹੀਂ ਚੱਲਦੀ ਜੀ ਕਾਟਨ ਦੇ ਵਿੱਚ ਨਾ ਵਿੰਟਰ ਦੇ ਵਿੱਚ ਚੱਲਦੀ ਆ ਨਾ ਸਮਰ ਦੇ ਵਿੱਚ ਚੱਲਦੀ ਮਤਲਬ ਕੈਜੂਅਲ ਦੇ ਵਿੱਚ ਗੱਲ ਕਰ ਰਿਹਾ ਮਤਲਬ ਸਾਡੇ ਕੋਲ ਕੈਜੂਅਲ ਜ਼ਿਆਦਾ ਪ੍ਰਿੰਟਿੰਗ ਵਿਕਦੀ ਆ ਲੇਕਿਨ ਆ ਬਹੁਤ ਅੱਛਾ ਆਰਟੀਕਲ ਸੀ ਐਮਬਰਾਇਡਰੀ ਹਲਕੀ ਹਲਕੀ ਹੈ ਇਹ ਸਾਰੀ ਪ੍ਰਿੰਟਿੰਗ ਆਈ ਗਈ ਜਿੱਦਾਂ ਬੈਲੂਨ ਪ੍ਰਿੰਟਿੰਗ ਹੁੰਦੀ ਹੈ ਸਾਰੀ ਉਸ ਤਰ੍ਹਾਂ ਇਹ ਤੇ نیچے ਦੇ ਵਿੱਚ ਬਾਰਡਰ ਆ ਗਿਆ ਲੇਸਿਸ ਦੇ ਕੇ ਨਾ ਐਮਬਰਾਇਡਰੀ ਕੀਤੀ ਸਾਰੀ ਇਸ ਤੇਰੀ ਜਿਹਦਾ ਪੈਨਲ ਦਿੱਤਾ ਹੋਇਆ ਇੱਕ ਪੈਨਲ ਦੇ ਉੱਤੇ ਸਾਈਡ ਦੇ ਉੱਤੇ ਕੰਮ ਕੀਤਾ ਜਿਵੇਂ ਚਾਕਲੇਟ ਲੇਬਲ ਤੇ ਇੱਕ ਚੈਸਟ੍ਰਾ ਪੈਟਰਨ ਦੇ ਕੰਮ ਆ ਗਿਆ ਉੱਪਰ ਕੁੜਤਾ ਪੱਟੀ ਹੈ neck ਤੁਸੀਂ ਆਪਣੀ ਮਰਜ਼ੀ ਨਾਲ ਬਣਾਣੀ ਸਾਰਾ ਰੇਸ਼ਮ ਦਾ ਕੰਮ ਹੈ ਇਹ ਕੋਈ ਤਿੱਲਾ ਨਹੀਂ ਕੋਈ ਸਿੱਪੀ ਨਹੀਂ ਹਲਕਾ ਹਲਕਾ 0 ਨੰਬਰ ਦੀ ਸਰਵੋਸ ਕੀ ਹੈ ਬਸ ਇਹ 올ਓਵਰ ਸ਼ਰਟ ਹੈ ਮਤਲਬ ਮਿਕਸ ਐਂਡ ਮੈਚ ਬਾਟਮ ਨਾਲ ਇਹਦੇ ਇਸ ਤਰ੍ਹਾਂ ਮਿਕਸ ਐਂਡ ਮੈਚ ਆਏਗੀ ਇਹ ਰਿਯਾਨ ਕਾਟਨ ਦੇ ਵਿੱਚ ਆਈਟਮ ਆਏਗੀ ਤੇ ਨਾਲ ਦੁਪੱਟਾ ਆਏਗਾ ਲਾਈਟ ਵੇਟ ਸ਼ਿਫੋਨ ਦਾ ਔਰ ਇਹ ਤੇ ਪ੍ਰਿੰਟਿੰਗ ਡਿਫਰੈਂਟ ਆਏਗੀ ਤੇ ਚਾਰੇ ਪਾਸੇ ਹਲਕੀ ਹਲਕੀ ਕਾਟਨ ਦੀ ਲੇਸ ਆਏਗੀ ਜਿਹੜੀ ਨੀਚੇ ਜੋਇੰਟ ਦੇ ਵਿੱਚ ਦਿੱਤੀ ਹੈ ਨਾ ਉਸ ਤਾਂ ਹੀ ਕਾਟਨ ਦੀ ਲੇਸ ਇਰੇ ਚਾਹੀਗੀ ਆ ਲੁੱਕ ਆਏਗੀ ਪਿਆਰੀ ਜੀ ਬਹੁਤ ਸੋਹਣਾ ਆਰਟੀਕਲ ਹੈ ਇਹ ਲਾ ਇਹਦੇ ਚ ਇੱਕ ਹੈਗਾ ਲਾਈਟ ਬਲੂ ਕਲਰ ਹੈ ਦੂਜਾ ਹੈਗਾ ਮੰਗੋ ਕਲਰ ਜੀ ਇਹਦੇ ਚ ਹਾਂਜੀ ਸਤਿ ਸ੍ਰੀ ਅਕਾਲ ਜੀ ਕਮਲਪ੍ਰੀਤ ਜੀ ਸਤਿ ਸ੍ਰੀ ਅਕਾਲ ਜੀ ਪ੍ਰਵੰਤ ਕੌਰ ਜੀ ਸਤਿ ਸ੍ਰੀ ਅਕਾਲ ਜੀ ਦੀਪ ਸੈਣੀ ਸਤਿ ਸ੍ਰੀ ਅਕਾਲ ਜੀ ਦੂਜਾ ਕਲਰ ਇਚ ਸਤਾਈਆ ਮੰਗੋ ਟਾਈਪ ਕਲਰ ਹੈਗਾ ਲਾ ਕਪੜੇ ਸਾਰੇ ਸਾਡੇ ਕੋਲ ਐਕਸਕਲੂਸਿਵ ਨੇ ਜੀ ਸ਼ਿਫੋਨ ਦੀ ਚੁੰਨੀ ਹੈ ਦੇਓ ਜੀ ਪ੍ਰਾਈਸ ਪਾਜੀ ਕੀ ਨਿਕਲਿਆ ਆਈਟਮ ਨੰਬਰ ਅੱਜ ਦੀ ਵੀਡੀਓ ਦੀ ਦੋ ਹੈ ਪ੍ਰਾਈਸ ਪਏਗਾ ਸਿਰਫ 2670 ਰੁਪਏ ਪ੍ਰਿੰਟਿੰਗ ਵੀ ਅੱਛੀ ਹੈ ਕਪੜਾ ਵੀ ਅੱਛਾ ਹੈ ਮੈਰਾਈਟਰੀ ਵੀ ਸੋਹਣੀ ਹੈ ਦੁਪੱਟਾ ਵੀ ਸੋਹਣਾ ਚਲੋ ਜੀ ਅਗਲਾ ਤੁਹਾਨੂੰ ਦਿਖਾ ਰਿਹਾ ਮਸਲੀਨ ਦੇ ਉੱਤੇ ਆਈਟਮ ਹੈ ਇਹ ਸਾਡਾ ਡਿਜ਼ਾਈਨ ਤੁਸੀਂ ਥੋੜਾ ਦੇਖਿਆ ਹੋਵੇਗਾ ਇਹਲਾ ਲੇਕਿਨ ਇਹਦੇ ਵਿੱਚ ਕਲਰ ਮੈਚਿੰਗ ਨਵੀਂ ਆ ਗਈ ਹੈ ਵਿੱਚ ਪਹਿਲਾਂ ਬਲੈਕਿਸ਼ ਗ੍ਰੇ ਆ ਰਿਹਾ ਸੀ ਲਾਈਮ ਗ੍ਰੀਨ ਆ ਰਿਹਾ ਸੀਗਾ ਡਾਰਕ ਮੋਵ ਆ ਗਿਆ ਸੀਗਾ ਹੁਣ ਆ ਗਿਆ ਇਸ ਪ੍ਰੋਪਰ ਲਾਈਟ ਗ੍ਰੇ ਕਲਰ ਪੇਸਟਲ ਦੇ ਵਿੱਚ ਦੇਖੋ ਇਹ ਹੈਗਾ ਤਾਣਾ ਬਨਾ ਉਹ ਵੋਵਨ ਦੇ ਵਿੱਚ ਆ ਹਲਕੀ ਚਮਕ ਹੁੰਦੀ ਹੈ ਇਹ ਪੂਰੀ ਛੜ ਦੇ ਘੇਰੇ ਤੇ ਆਏਗਾ ਇਹ ਬਾਜ਼ੂ ਤੇ ਪੇਜ਼ ਲਈ ਆਈ ਇਹ ਰੇ ਅਸਤਾਨ ਜੀ ਵੀਵਿੰਗ ਦੇ ਵਿੱਚ ਤੇ ਉੱਪਰ ਇਹਦੇ ਚ ਨੈਕ ਆਏਗਾ ਬਟ ਨੈਕ ਧਾਵਗੇ ਨਾ ਕਿਰਪਾ ਕਰਕੇ ਨੇੜੇ ਕਰੋ ਪਲੀਜ਼ ਆ ਨੈਕ ਆਏਗਾ ਛੜ ਦਾ ਨੈਕ ਇੱਚ ਲਾਈਟ ਘੇਰਾ ਬੈਕ ਤੇ ਬਾਰਡਰ ਫੁੱਲ ਬਾਜ਼ੂ ਵਿੱਚ ਪੂਰੀ ਬੂਟੀ ਦੁਪੱਟਾ ਨਾਲ ਇਹ ਤੇ ਡਿਜ਼ਾਈਨਰ ਚੱਲ ਰਿਹਾ ਅਸਤਾਨ ਜੀ ਮੈਂ ਆਪਣਾ ਮਸਲੀਨ ਦਾ ਦੁਪੱਟਾ ਨਾਲ ਉਹਦੇ ਤੇ ਪ੍ਰਿੰਟਿੰਗ ਹੈ ਗਰੇ ਦੇ ਉੱਤੇ ਹੀ ਹਲਕੀ ਜੀ ਪਿੰਕ ਦੀ ਪ੍ਰਿੰਟਿੰਗ ਹੈ ਮਤਲਬ ਤੁਸੀਂ ਜਦੋਂ ਚੀਜ਼ ਪਾਓਗੇ ਤੇ ਵਾਕਈ ਲੱਗੇਗੀ ਕੁਝ ਡਿਫਰੈਂਟ ਚੀਜ਼ ਪਾਈ ਹੋਈ ਹੈ ਦੂਜਾ ਕਲਰ ਹੈ ਜੀ ਦੂਜਾ ਕਲਰ ਚ ਹੈਗਾ ਗਾਜ਼ਰੀ ਕਲਰ ਹੈ ਇਹ ਲਾ ਪ੍ਰੋਪਰ ਗਾਜ਼ਰੀ ਕਲਰ ਜਿੰਦਾ ਨਾ ਮੋਬੀਸ਼ ਗਾਜ਼ਰੀ ਇਹ ਦੇਖੋ ਸਾਰੀ ਵੀਵਿੰਗ ਹੈ ਡਿਜ਼ਾਈਨ ਵੀ ਸੇਮ ਹੈ ਸਿਰਫ ਕਲਰ ਚੇਂਜ ਹੈ ਇਹ ਲਾ ਦਿਓ ਜੀ ਪ੍ਰਾਈਸ ਬੇਟਾ ਕੀ ਹੈ ਤੇਲੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਾਂਜੀ ਆਈਟਮ ਨੰਬਰ 3 ਹੈ ਪ੍ਰਾਈਸ ਬੇਗਾ 2430 ਰੁਪਏ ਜੀ ਦਾ ਹਾਂਜੀ ਕਰਮ ਕਰਮਜੀਤ ਜੀ ਸਤਿ ਸ਼ਕਾਲ ਜੀ ਤੁਨੋਸ਼ਾ ਰੌੜਾ ਜੀ ਸਤਿ ਸ਼ਕਾਲ ਜੀ ਰਵਿੰਦਰਜੀ ਸਤਿ ਸ਼ਕ ਦਿਲੋਸਾ ਸਾਫ ਸਸਤੀ ਕਾਲ ਜੀ ਢਿਲੋਸਾ ਰਮਨਪ੍ਰੀਤ ਕੌਰ ਜੀ ਨੂੰ ਜੀ ਕੀ ਚੀਜ਼ ਦੇਖੋ ਨਾ ਇਹ ਮਿਲਮੀਡ ਕਾਟਨ ਦੇ ਉੱਤੇ ਆਈ ਆਈ ਚੀਜ਼ ਬਹੁਤ ਪਿਆਰੀ ਹੈ ਜੀ ਡਿਜ਼ਾਈਨਰ ਕਨਸੈਪਟ ਸਾਰੇ ਚੱਲੇ ਨੇ ਜੀ ਇਹ ਹਲਕਾ ਜਿਹਾ ਨਾ ਆਰਗੈਂਜ਼ਾ ਦਾ ਪ੍ਰਿੰਟਿੰਗ ਕਰਕੇ ਉਹਦੇ ਸਪੈਸ਼ਲ ਵਿੱਚ ਪੈਚਿੰਗ ਕੀਤੀ ਹੈ ਰਹੀ ਆ ਦੇਖੋ ਆਰਗੈਂਜ਼ਾ ਦਾ ਕਪੜਾ ਵਿੱਚ ਪੈਚਿੰਗ ਕੀਤੀ ਹੈ ਉਹਦੇ نیچے ਉੱਪਰ ਲੇਸਿਸ ਆ ਗਈ ਵਿੱਚ ਪਿੰਟੈਕਸ ਆ ਗਏ ਸਾਰੇ ਠੀਕ ਹੈ ਜੀ ਇਦਾਂ ਹੀ ਉੱਪਰ ਹੈ ਇੱਦਾਂ ਹੀ ਇਹਦੇ ਚ ਉੱਪਰ ਨੈਕ ਦੇ ਸੈਟਿੰਗ ਕੀਤੀ ਹੈ ਸੇਮ ਪ੍ਰਿੰਟਿੰਗ ਪੈਚ ਦੇ ਕੇ ਸਾਈਡਾਂ ਤੇ ਲੇਸਿਸ ਦੇਤੀਆਂ ਬਿਚਲ ਕੀ ਜਲ ਕੀ ਰਿਬਨ ਵਾਲੀ ਐਮਬਰਾਇਡਰੀ ਦਿੱਤੀ ਹੈ ਇਸ ਅ ਦੁਪੱਟਾ ਆ ਗਿਆ ਉਹ ਵਕਈ ਬਹੁਤ ਐਕਸਕਲੂਸਿਵ ਚੀਜ਼ ਹੈ ਇਹ ਲਈ ਔਰਗਾਂਜ਼ਾ ਦੀ ਚੁੰਨੀ ਹੈ ਔਰ ਇਹ ਤੇ ਮਿਕਸ ਐਂਡ ਮੈਚ ਪ੍ਰਿੰਟਿੰਗ ਹੈ ਦੂਜਾ ਕਲ ਰਾਏਗਾ ਦੋਨੇ ਇੱਕ ਆਪਣਾ ਹੈਗਾ ਇਹ ਮਾਊਸ ਕਲ ਰਹਾ ਤੇ ਇਹ ਹੈਗਾ ਲਾਈਟ ਗ੍ਰੀਨਿਸ਼ ਪਿਸਤਾ ਕਲਰ ਇਹਦੇ ਤੇ ਪਿੰਕ ਦਾ ਪੈਚ ਲਾ ਗਿਆ ਪੈਚ ਦਾ ਪਿੰਕ ਆ ਗਿਆ ਇਹਦੇ ਤੇ ਗ੍ਰੀਨ ਦਾ ਆ ਗਿਆ ਠੀਕ ਹੈ ਜੀ ਪੈਚ ਆਈਟਮ ਨੰਬਰ ਦਿਓ ਜੀ ਕੀ ਆਈਟਮ ਨੰਬਰ 4 ਹੈ ਪ੍ਰਾਈਸ ਬੈਗਾ 4800 ਸਿਰਫ 4800 ਰੁਪਏ ਸੁਪਰ ਕਲੈਕਸ਼ਨ ਹੈ ਕੀ ਸਾਰੀ ਜੀ ਮਨਪ੍ਰੀਤ ਜੀ ਸਤਿ ਸ੍ਰੀ ਅਕਾਲ ਜੀ ਸੰਗੀਤਾ ਜੀ ਸਤਿ ਸ੍ਰੀ ਅਕਾਲ ਜੀ ਲੋ ਜੀ ਕਿਆ ਦੇਖੋ ਮਿਲ ਮੇਡ कॉटन ਦੇ ਵਿੱਚ ਬਹੁਤ ਪਿਆਰਾ ਆਰਟੀਕਲ ਹੈ ਸਾਰਾ ਦੁਪੱਟਾ ਦੇਖੋ ਡਿਜ਼ਾਈਨਰ ਦੁਪੱਟਾ लेसिस ਦੇ ਵਿੱਚ ਇਹ ਲੀਨੋ कॉटन ਹੈ ਜੀ ਇਹ ਹਲਕੀ ਹਲਕੀ कॉटन ਦੇ ਵਿੱਚ ਨਾ ਲਾਈਨ ਹੁੰਦੀ ਹੈ ਇਹ ਵਿੱਚ ਆ ਦੇਖੋ ਕੈਮਰਾ ਲਾਈਨ ਪੂਰੀ ਦਿਖਾਉਂਦਾ ਐਸੀ ਗੱਲ ਨਹੀਂ ਐ ਨੀਚੇ ਫਿਰ ਇਹਦੇ ਵਿੱਚ कॉटन लेस ਦਾ ਬਾਰਡਰ ਆ ਗਿਆ ਸਾਰਾ ਵਾਈਟ ਇਹ ਵਾਈਟ ਫਲਾਵਰ ਵਾਲਾ लेस ਤਾਂ ਲਿਆ ਗਿਆ ਇਸ ਇੱਕ ਸਾਈਡ ਉੱਤੇ ਇਹਦੇ ਵਿੱਚ ਤੇ ਇੱਕ ਸਾਈਡ ਉੱਤੇ ਇਹਦੇ ਵਿੱਚ ਐਂਕਰ ਸਟਿਚ ਦੀ এমਬਰਾਇਡਰੀ ਆ ਗਈ ਸਾਰਾ ਇਹ ਸਾਰਾ ਟੋਟਲ ਨਾਟ ਦਾ ਕੰਮ ਹੈ ਇਹ ਹੈਂਡਵਰਕ ਹੈ ਨਾਲ ਨਾਲ ਹਲਕੇ ਹਲਕੇ ਸ਼ੀਸ਼ੇ ਨੇ ਆ ਲੁੱਕ ਆਏਗੀ ਇੱਕ ਸਾਈਡ ਤੇ ਪੈਣਾ ਦੇ ਵਿੱਚ ਹੈਂਡਵਰਕ ਹੈ ਇੱਕ ਸਾਈਡ ਉੱਤੇ ਲੇਸੀਜ਼ ਵਾਲੇ ਫਲਾਵਰ ਨੇ ਦੁਪੱਟੇ ਉੱਤੇ ਲੇਸੀਜ਼ ਹੈ ਦੁਪੱਟਾ ਵੀ ਨਾਲ ਲਾਈਟ ਵੇਟ ਕਾਟਨ ਦਾ ਕੋਟੇ ਦਾ ਦੁਪੱਟਾ ਆ ਲੁੱਕ ਆਏਗੀ ਲੇਮਨ ਕਲਰ ਹੈ ਇਹਦਾ ਬਹੁਤ ਐਕਸਕਲੂਸਿਵ ਹੈ ਜੀ ਕੰਮ ਦੇਖੋ ਤੁਸੀਂ ਜਿਹੜਾ ਇਹਦਾ ਆ ਦੇਖੋ ਸਾਰਾ ਹੈਂਡਵਰਕ ਹੈ ਜੀ ਇਹ ਇਹ ਸਿਰਫ ਕਲਕੱਤੇ ਭੇਜ ਕੇ ਕੰਮ ਕਰਾਉਂਦੇ ਆ ਸੀ ਪਹਿਲਾਂ ਕਲਕੱਤੇ ਮਾਲ ਭੇਜਦੇ ਆ ਫਿਰ ਉਸ ਤੋਂ ਦੂਜਾ ਕਲਰ ਚ ਆਇਆਗਾ ਲਾਈਟ ਬਲੂ ਕਲਰ ਜੀ ਆ ਦੋ ਕਲਰ ਨੇ ਜੀ ਦੇ ਦਿਓ ਜੀ ਪ੍ਰਾਈਸ ਵੇਡਾ ਕੀ ਆ ਇੱਕ ਲੈਮਨ ਹੈ ਦੂਜਾ ਲਾਈਟ ਬਲੂ ਹੈ ਫਾਈਨ ਕਾਟਨ ਹੈ ਪਲੇਨ ਬਾਟਮ ਹੈ ਦੁਪੱਟਾ ਬਹੁਤ ਅੱਛਾ ਆ ਆਈਟਮ ਨੰਬਰ 5 ਪ੍ਰਾਈਸ ਵੇਗਾ 3880 ਨੈਕਸਟ ਚਲੋ ਜੀ ਮੋਨਿਕਾ ਜੀ ਚੰਦਨ ਜੀ ਪੂਜਾ ਜੀ ਸੰਜੇ ਜੀ ਮਨਪ੍ਰੀਤ ਜੀ ਸਸੀਕਾਲ ਜੀ ਸਾਰਿਆਂ ਨੂੰ ਜੀ ਰਪਜਨ ਜੀ ਸਸੀਕਾਲ ਜੀ ਵੀਡੀਓ ਸ਼ੇਅਰ ਕਰੋ ਛੰਡੇ ਆ ਉਸਦਾ ਗਿਫਟ ਕੱਢ ਦਈਏ ਤੁਹਾਡਾ ਐਸੀ ਗੱਲ ਨਹੀਂ ਕੋਈ ਕਈ ਵਾਰ ਟਾਈਮ ਨਹੀਂ ਲੱਗਦਾ ਭਾਈ ਚਾਂਸ ਓਏ ਕਿ ਪਾਕਿਸਤਾਨੀ ਦੇ ਵਿੱਚ ਮੇਰੇ ਕੋਲ ਆਈਟਮ ਆਈ ਹੈ ਬਹੁਤ ਐਕਸਕਲੂਸਿਵ ਹੈ ਜੀ ਗਾਜ਼ਰੀ ਪਿੰਕ ਕਲਰ ਹੈ ਇਹ ਆ ਦੇਖੋ ਪੂਰੀ ਸ਼ਰਟ ਦਾ ਫਰੰਟ ਦੇਖੋ نیچے ਪੂਰੀ ਪ੍ਰਿੰਟਿੰਗ ਹਲਕੀ ਹਲਕੀ ਸਰਵੋਸਕੀ ਹੈ ਦੋ ਤਰ੍ਹਾਂ ਦੀ ਲੇਸੀ ਦਾ ਗ੍ਰੀਨ ਤੇ ਆਫ ਵਾਈਟ ਠੀਕ ਹੈ ਜੀ ਨਹੀਂ ਫਿਰ ਇਸ ਤਰ੍ਹਾਂ ਇਹਦੇ ਵਿੱਚ ਪ੍ਰਿੰਟਿੰਗ ਆ ਗਈ ਨਾਲ ਨਾਲ ਲੇਸੀਜ਼ ਦੇ ਆ ਸਾਰੀ ਫਿਰ ਲੇਸੀਜ਼ ਆ ਗਿਆ ਇਸ ਵਿੱਚ ਹਲਕੀ ਹਲਕੀ ਸਰਵੋਸਕੀ ਹੈ ਫਿਰ ਉੱਪਰ ਲੇਸੀਜ਼ ਆ ਗਈ ਇਹ ਵਿੱਚ ਐਦੀ ਸੇਮੇ ਦੀ ਬੈਕ ਆਏਗੀ ਫੁੱਲ ਬਾਜ਼ੂ ਹੈ 3 ਮੀਟਰ ਸ਼ਰਟ ਹੈ 2.5 ਮੀਟਰ ਬਾਟਮ ਹੈ ਦੁਬੱਟਾ ਲਾਲ ਦੇ ਟੈਬੀ organza ਦੀ ਚੁੰਨੀ ਔਰ ਇਹਦੇ ਚਾਰੇ ਪਾਸੇ ਬਾਊਡਰ ਪ੍ਰਿੰਟਿੰਗ ਨਾਲ ਲੇਸਿਸ ਰਾਧਾ ਯਾਦਵ ਜੀ ਸਤਿ ਸ਼ਕਾਲ ਜੀ ਅਰਵਿੰਦਰ ਕੌਰ ਜੀ ਸਤਿ ਸ਼ਕਾਲ ਜੀ ਹਾਂ ਜੀ ਗੁਨਵੀਰ ਸਿੰਘ ਜੀ ਸਤਿ ਸ਼ਕਾਲ ਜੀ ਦਿਓ ਜੀ ਦੂਜਾ ਕਲਰ ਦੂਜਾ ਕਲਰ ਆਏਗਾ ਇਹ ਚ ਗੋਲਡਨ ਕਲਰ ਇਹ ਲਾ ਗੋਲਡਨ ਗ੍ਰੀਨ ਬਹੁਤ ਸੁਪਰ ਚੀਜ਼ ਹੈ ਇਹਲੀ ਬਿਊਟੀਫੁੱਲ ਸੂਟਸ ਵੈਰੀ ਗੁੱਡ ਜੀ ਸੋਨੀਆ ਜੀ ਸਤਿ ਸ਼ਕਾਲ ਜੀ ਆਈਟਮ ਨੰਬਰ 6 ਆ ਜੀ ਪ੍ਰਾਈਸ ਪੈਗਾ 2850 ਫਿੱਟੂ 850 only ਨੈਕਸਟ ਚਲੋ ਜੀ ਸੁਨੀਤਾ ਚਾਵਲਾ ਜੀ ਸਤਿ ਸ਼੍ਰੀ ਅਕਾਲ ਜੀ ਦੀਦੀ ਵੀਡੀਓ ਸ਼ੇਅਰ ਕਰ ਦਿਆ ਕਰੋ ਪਲੀਜ਼ ਸੋਨੀਆ ਸ਼ਰਮਾ ਸੁਨੀਤਾ ਚਾਵਲਾ ਸੋਨੀਆ ਮਹਿਤਾ ਅੱਜ ਕੀ ਚੀਜ਼ ਦੇਖੋ ਕਾਟਨ オーਰਗਾਂਜ਼ਾ ਉੱਤੇ ਆਈ ਹੈ ਸਮਰ ਦੀ ਚੀਜ਼ ਹੈ ਲੇਕਿਨ ਇਹ ਥੋੜਾ ਜਿਹਾ ਕਪੜੇ ਦੇ ਵਿੱਚ ਦੇਖੋ ਜੀ ਨਵੀਂ ਡਿਵੈਲਪਮੈਂਟ ਰੋ ਹੀ ਹੁੰਦੀ ਹੈ ਜੀ ਆਪਾਂ ਜਿਹੜੀ ਚੀਜ਼ ਦੇਚਦੇ ਆ ਇਹ ਨਹੀਂ ਕਿ ਹਰ ਵਾਰ ਚੀਜ਼ਾਂ ਉਹੀ ਆਉਂਦੀਆਂ ਨੇ ਹਰ ਰੋਜ਼ ਕਪੜਾ ਚੇਂਜ ਕਦਰ ਮੈਚਿੰਗ ਚੇਂਜ embroiderry ਚੇਂਜ ਆ ਦੇਖੋ ਸਾਰਾ ਨੀਚੇ ਇਹ ਪਟੋਲਾ ਪ੍ਰਿੰਟ ਆ ਜਿਹਨੂੰ ਕਹਿੰਨੇ ਆਪਾਂ ਜੀ ਪਟੋਲਾ ਪ੍ਰਿੰਟ ਹੈ ਉਹਦੇ ਤੇ ਜ਼ੀਰੋ ਨੰਬਰ ਤੇ ਰੇਸ਼ਮ ਦੇ ਨਾਲ ਸਿੱਪੀ ਦੀ ਐਮਬਰਾਇਡਰੀ ਹੈ ਬੁੱਟੀ ਬਣੀ ਸਿਰਫ ਠੀਕ ਆ ਪੂਰੀ ਸ਼ਰਟ ਦੇ ਉੱਤੇ ਨੀਚੇ ਦੇਖੋ ਕਿੰਨਾ ਪਿਆਰਾ ਘੇਰਾ ਬਣਾਇਆ ਦੇਖੋ ਇਹਦੇ ਵਿੱਚ ਇਹ ਸਾਰੀ ਐਮਬਰਾਇਡਰੀ ਹੈ ਜੀ ਇਹ ਇਹ ਤੁਸੀਂ ਦੋ ਦਿਨ ਬਾਅਦ ਮੈਨੂੰ ਫੋਟੋਆਂ ਪਾਣੀਆ ਸਾਰੇ ਪੀਸ ਨਿਕਲ ਜਾਣੇ ਨੇ ਜੀ ਇਹ ਨਾਲ-ਨਾਲ ਵੀਡੀਓ ਭੇਜੀ ਚਲੋ ਫੋਟੋਆਂ ਬਹੁਤ ਪਿਆਰੀ ਕਲੈਕਸ਼ਨ ਆਈ ਇਹ ਲਈ ਉੱਪਰ ਦੇਖੋ neck ਆ ਗਿਆ ਇਸ ਤਾਈ ਕੋਰਤਾ ਪੱਟੀ ਟਾਈਪ neck ਆ ਗਿਆ ਵੀ ਐਮਬਰਾਇਡਰੀ ਹੈ ਆ ਲੋ ਪੂਰੇ ਆਰਟੀਕਲ ਦੀ ਆ ਗਈ ਦੇਖੋ ਡਿਜੀਟਲ ਪ੍ਰਿੰਟ ਆ ਹਲਕ ਤੇ neck ਤੇ ਦੁਪੱਟਾ ਉਸ ਤੋਂ ਵੀ ਸੁਪਰ ਆ ਗਿਆ ਦੇਖੋ ਜੀ ਦੁਪੱਟੇ ਤੇ ਪੂਰਾ ਜਾਲ ਹੈ ਸ਼ਿਫੋਨ ਦੀ ਚੁੰਨੀ ਹੈ ਪੂਰਾ ਜਾਲ ਰੇਸ਼ਮ ਦਾ ਤੇ ਲੈਂਥ ਵਾਲੇ ਪਾਸੇ ਐਮਬਰਾਇਡਰੀ ਪੱਕੀ ਚੀਜ਼ ਬੰਬ ਹੈ ਯਾਰ ਤੇ ਬਾਟਮ ਕਾਟਨ ਦੀ ਹੈ ਜੀ ਇੱਕ ਪਿੰਕ ਹੈ ਦੂਜਾ ਹੈਗਾ ਗ੍ਰੀਨਿਸ਼ ਕਲਰ ਯਾਰ ਦੋਨੇ ਕਲਰ ਸੁਪਰ ਨੰਬਰ 1 ਔਰ ਰੇਟ ਦੇਖੋ ਕੀ ਨਿਕਲਿਆ ਮਤਲਬ ਮਜ਼ਾ ਆ ਜਾਏਗਾ ਤੁਸੀਂ 5 ਮੀਟਰ ਸੂਟ ਲੈਣ ਜਾਉਨਾ ਕਾਟਨ ਦਾ ਤੇ ਪ੍ਰਿੰਟ ਸੂਟ ਮਿਲਦਾ ਨਾਲ ਦੁਪੱਟਾ ਵੀ ਉਹਦੇ ਨਾਲ ਹਲਕਾ ਜਾਂਦਾ ਲੇਕਿਨ ਇਹ ਦੁਪੱਟਾ ਵੀ ਸ਼ਿਫੋਨ ਦਾ ਵਾ ਸ਼ਰਟ ਵੀ ਬਹੁਤ ਅੱਛੀ ਹੈ ਐਮਬਰਾਈਡਰੀ ਵੀ 7 ਨੰਬਰ ਆਈਟਮ 2580 ਓਨਲੀ ਨੈਕਸਟ ਲੋ ਜੀ ਹਰ ਸਿਮਰ ਗਿਲ ਜੀ ਹੀਰਾ ਸੱਗੂ ਜੀ ਸ਼ੇਰ ਸਿੰਘ ਸ਼ੇਰ ਵੈਰੀ ਗੁੱਡ ਕਰਮਪ੍ਰੀਤ ਬੇਦੀ ਸਾਹਿਬ ਲੋ ਜੀ ਕਿਆ ਦੇਖੋ ਕਾਟਨ ਚ ਐਕਸਕਲੂਸਿਵ ਚੀਜ਼ਾਂ ਸਾਰੀਆਂ ਦੇਖੋ ਤੁਸੀਂ ਗਟਮ ਦੇਖੋ ਕਾਟਨ ਦੀ ਇਹ ਪਿਓਰ ਮਿਲ ਮਿਡ ਕਾਟਨ ਹੈ ਜੀ ਟਾਟਾ ਮਿਲ ਦੀ ਕਾਟਨ ਹੈ ਇਹ ਬਹੁਤ ਫਾਈਨ ਕਪੜਾ ਵਾ ਆ ਦੇਖੋ ਸਾਰੀ ਨੀਚੇ ਪਹਿਲਾਂ ਪ੍ਰਿੰਟਿੰਗ ਹੈ ਹਾਫ ਰਾਉਂਡਿੰਗ ਦੇ ਵਿੱਚ ਉਹਦੇ ਉੱਪਰ embroidery ਦੇਖੋ ਕਿੰਨੀ ਪਿਆਰੀ ਕੀਤੀ ਹੈ ਇਹ ਸਾਰੀ ਦੇਖੋ ਵਿੱਚ ਸਾਰੀ ਪ੍ਰਿੰਟਿੰਗ ਹੈ ਇਹ ਵਿੱਚ ਇਹ ਹਲਕੇ ਹਲਕੇ ਦੇ ਵਿੱਚ ਸਿਕਵੈਂਸ ਦਾ ਕੰਮ ਹੈਟ ਦਾ ਤੇ ਇਹ ਹਲਕਾ ਜਿਹਾ ਪਿੱਟਾ ਵਰਕ ਕੀਤਾ ਦਬਕੇ ਦਾ ਇਹ ਸਾਰਾ ਪਿੱਟਾ ਵਰਕ ਹੈ ਇਹ ਚ ਆ ਸਾਰਾ ਪਰ ਲੱਗੇ ਉੱਪਰੇ ਵਿੱਚ ਫਿਰ ਇਹਦੇ ਉੱਪਰੇ ਵਿੱਚ ਕੁੜਤਾ ਪੱਟੀ ਜਿਵੇਂ ਲੌਂਗ ਨੈੱਕ ਆ ਗਿਆ ਹਲਕੇ ਜਿਹੇ ਟਿਊਲਿਸ ਬਣੇ ਨੇ ਉਹਦੇ ਤੇ ਮੋਰ ਤੇ ਹਲਕੇ ਹਲਕੇ embroidery ਤਿੱਲੇ ਦੀ ਉੱਪਰ ਬਰਡਸ ਹੈ ਬੜੇ ਨੇੜੇ ਕਰਕੇ ਰੱਖਣਾ ਕਿਉਂ ਚੋਣੇ ਉਹ ਦੇਖੋ ਆ ਕੀ ਜੀ embroidery ਇਸ ਦਾ ਇਹ niche tulle ਦਾ ਸਾਗ ਹੈ ਇੱਕ ਉਰੇ ਚ ਪਰਲ ਦੇ ਤੇ ਤੇ niche ਤੇਲੇ ਦਾ ਕੰਮ ਆ ਗਿਆ ਉਰੇ ਚ ਤੇਲੇਕਾਰੀ ਦਾ ਬਰਡਸ ਬਣ ਗਿਆ ਚਿੜੀਆ ਆ ਲੋਕ ਪੂਰੇ ਆਰਟੀਕਲ ਦੀ ਸ਼ਿਫੋਨ ਦੀ ਚੁੰਨੀ ਫਾਈਨ ਕਾਟਨ ਇਹਨੂੰ ਆਪਾਂ ਲਾਈਮਿੰਗ ਤੋਂ ਬਿਨਾ ਵੀ ਸਟਿਚ ਕਰਾ ਸਕਦੇ ਆ ਠੀਕ ਹੈ ਨਾ ਜੀ ਸ਼ਿਫੋਨ ਦੀ ਚੁੰਨੀਆਂ ਚਾਰੇ ਪਾਸੇ ਹਲਕਾ ਜਿਹਾ ਗੋਟੇ ਦਾ ਬਾਰਡਰ ਦਿੱਤਾ ਹੋਇਆ ਤੇ ਉਹ ਜੀ ਦੂਜਾ ਕਲਰ ਹੈ ਸ਼ਿਕਾ ਗਾਜ਼ਰੀ ਪਿੰਕ ਵੈਰੀ ਗੁੱਡ ਬਹੁਤ ਸੋਹਣਾ ਕਲਰ ਨੇ ਇਹ ਲਈ ਇਹ ਗਾਜ਼ਰੀ ਪਿੰਕ ਥੋੜਾ ਜਿਹਾ ਬ੍ਰਾਈਟ ਕਲਰ ਹੈ ਲੇਕਿਨ ਅੱਛਾ ਕਲਰ ਹੈ ਇਹ ਸਾਰਾ ਪਿੱਟਾ ਵਰਕ ਆ ਗਿਆ ਹਲਕੇ ਹਲਕੇ ਸੀਕੁਐਂਸ ਹਲਕਾ ਘੁੱਟ ਆ ਗਿਆ ਆਈਟਮ ਨੰਬਰ ਆਈ ਦੀ ਵੀਡੀਓ ਦੀ ਆਠਾ ਪ੍ਰਾਈਸ ਹੈਗਾ 2430 ਰੁਪਏ 2430 ਮਨੂੰ ਅਗਰਵਾਲ ਜੀ ਦੀ ਸਤਿ ਸ੍ਰੀ ਅਕਾਲ ਜੀ ਸੰਤੋਸ਼ ਸ਼ਰਾਣੀ ਜੀ ਸਤਿ ਸ੍ਰੀ ਅਕਾਲ ਜੀ ਨੀਸ਼ਾ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਕਰਮਪ੍ਰੀਤ 베ਦੀ ਜੀ ਸਤਿ ਸ੍ਰੀ ਅਕਾਲ ਜੀ ਅਮਰਿਤਕੌਰ ਜੀ ਲੋ ਜੀ ਕਹ ਵੀ ਸਾਡੀ ਚੀਜ਼ ਬਹੁਤ ਪਿਆਰੀ ਆ ਪ੍ਰੋਪਰ ਪਾਕਿਸਤਾਨੀ ਆਈਟਮ ਆ ਜੀ ਇਹ ਇਹਦਾ ਜਿਹੜਾ ਪਹਿਲਾ ਪ੍ਰਾਈਸ ਸੀਗਾ ਉਹ ਨਿਕਲਦਾ ਸੀ 5500 6000 ਰੁਪਏ ਇਹ ਉਹ ਨਪਰੈਂਟੀ ਚ ਬਣ ਰਹੀ ਹੈ نیچے ਸਾਰੀ ਇਹ ਲੇਸਿਸ ਵਾਲੀ ਆਪਣਾ ਸਕੈਲਪਿੰਗ ਵਾਲੀ ਲੇਸ ਆ ਗਈ ਇਹਦੇ ਉੱਪਰ ਰੇਸ਼ਮ ਦਾ ਕੰਮ ਆ ਗਿਆ ਸਾਰਾ ਇਸ ਤਰ੍ਹਾਂ ਮਤਲਬ ਇਦਾਂ ਜਿਵੇਂ ਘੇਰਾ ਬਣ ਜਾਏਗਾ ਨਾ ਚਾਕ ਇੱਥੇ ਪਾਈਪਿੰਗ ਲੱਗ ਜੇਗੀ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਬਣਾਉਣਾ ਇਹਨੂੰ ਇਹ ਸਾਰਾ ਰੇਸ਼ਮ ਦਾ ਕੰਮ ਹੈ ਦੇਖੋ ਕਿ ਜਦ ਮਲਟੀ ਰੇਸ਼ਮ ਆਏਗਾ ਪਾਰਸੀ ਦੇ ਵਿੱਚ ਬਹੁਤ ਐਕਸਕਲੂਸਿਵ ਹੈ ਇਹ ਪਿਆਜ਼ੀ ਪਿੰਕ ਕਲਰ ਨਾਲ نیچے ਬਾਟਮ ਤੇ ਵੀ ਹਲਕੇ ਜਿਹੇ ਲੇਸ ਆਈਏ ਇਹਦੇ ਇਹ ਮੋਰਲ कॉटन ਦੇ ਵਿੱਚ ਹੈ ਜੀ ਕਪੜਾ ਬਹੁਤ ਪਿਆਰਾ ਲੇਕਿਨ ਸ਼ਰਟ ਨੀਚੇ ਲਾਈਨਿੰਗ ਵਾਲੋਂ ਕਿ ਤਾਂ ਗੈਟਅਪ ਜ਼ਿਆਦਾ ਆ ਜਾਏਗੀ ਦੁਪੱਟਾ ਨਾਲ ਆਏਗਾ ਪਾਕਿਸਤਾਨੀ ਪ੍ਰਿੰਟ ਬਟੋ ਚੱਕ ਕੇ ਇਧਰ ਨੂੰ ਕਰਦੇ ਪਾਸਾ ਵਾਲਾ ਇੱਕ ਮਾਰ ਇਧਰ ਇਹ ਨਾਲ ਦੁਪੱਟਾ ਦੇਖੋ ਇਹਦੇ ਐਕਸਕਲੂਸਿਵ ਚੀਜ਼ਾਂ ਦੁਪੱਟੇ ਦਾ ਕਪੜਾ ਬਹੁਤ ਸੋਹਣਾ ਟੈਪੀ ਔਰਗਾਂਜ਼ਾ ਸੈਟਨ ਟਾਈਪ ਕਪੜਾ ਬਹੁਤ ਫੌਲਿੰਗ ਕਪੜਾ ਇਹ ਲਾ ਦੂਜਾ ਕਲਰ ਆਏਗਾ ਬ੍ਰਾਈਟ ਪੀਚ ਕਲਰ ਇਹ ਲਾ ਦੋਨੇ ਕਲਰ ਬਹੁਤ ਖੂਬਸੂਰਤ ਨੇ ਦੇਖੋ ਸਾਰੇ ਲੇਸਿਸ ਬੇਸ਼ਮ ਦਾ ਕੰਮ ਹਲਕੀ ਜੀ ਪਾਰਸੀ EMBROIDERY ਦੁਪੱਟਾ ਨਾਲ ਟੈਬੀ ਚੁਣੋਂ ਦਾ ਇਕ ਲੰਦਾ ਮੂਵੀ ਸ਼ਿੰਕ ਦੂਜਾ ਪੀਚ ਆਈਟਮ ਨੰਬਰ 9 ਪ੍ਰਾਈਸ 3220 ਰੁਪਏ ਸਿਰਫ ਹਾਂਜੀ ਮੈਨੂੰ ਜੀ ਸਤਿ ਸ੍ਰੀ ਅਕਾਲ ਜੀ ਬਹਾਦਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਪੂਜਾ ਪੱਤਰਾ ਜੀ ਸਤਿ ਸ੍ਰੀ ਅਕਾਲ ਜੀ ਅਗਰਵਾਲ ਅਰਵਿੰਦਰ ਕੌਰ ਜਸਲ ਸਾਹਿਬ ਸਤਿ ਸ੍ਰੀ ਅਕਾਲ ਜੀ ਜਸਲ ਸਾਹਿਬ ਆਰੀਅਨ ਵੀਰ ਪੰਨੂ ਵੈਰੀ ਗੁੱਡ ਪੰਨੂ ਸਾਹਿਬ ਲੋ ਜੀ ਕਾਚੀ ਦੇਖੋ ਕਾਟਨ ਦੇ ਉੱਤੇ ਇਹ ਨੀਚੇ ਸਾਰਾ ਬਾਰਡਰ ਆਏਗਾ ਐਮਬਰਾਇਡਰੀ ਦੇ ਵਿੱਚ ਸਾਰਾ ਦੇਸ਼ਮ ਦਾ ਕੰਮ ਹੈ ਨਾਲ 0 ਨੰਬਰ ਦੀ ਸਿੱਪੀ ਟੱਚਿੰਗ ਹੈ ਬਿਲਕੁਲ ਆ ਨਾ ਮਾਤਰ ਬਰੀਕ ਬਰੀਕ ਬੂਟੀ ਆਏਗੀ ਇਹ ਉੱਪਰ ਆਏਗਾ ਜੋਗ ਪੈਟਰਨ ਸਾਰਾ ਇਹਦੇ ਵਿੱਚ ਦੇਖੋ ਕਾਟਨ ਦੇ ਵਿੱਚ ਨਵੀਂ ਡਵੈਲਪਮੈਂਟ ਰੋਹ ਸਾਡੇ ਕੋਲ ਹੁੰਦੀ ਹੈ ਇਹਦੇ ਵਿੱਚ ਇਹ ਨਵੀਂ ਡਵੈਲਪਮੈਂਟ ਹੈ ਸਾਰੀ ਕਾਟਨ ਦੇ ਉੱਤੇ ਜੋਗ ਪੈਟਰਨ ਬਣੇਗਾ ਇਹਲਾ ਜਿਵੇਂ ਚੈਸਟ ਲੈਵਲ ਤੱਕ ਆ ਜਾਏਗਾ ਨਾ ਸਾਰਾ ਇਸ ਤਾ ਇਸ ਤਾ ਮਰੇ ਉੱਪਰ ਨੈਕ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਸ਼ੇਪ ਦੇਣੀ ਹੈ ਤੇ ਨਾਲ ਇਹਦੇ ਦੁਪੱਟਾ ਇਸ ਤਹੀਂ ਆਏਗਾ ਦੁਪੱਟੇ ਦੇ ਚਾਰੇ ਪਾਸੇ ਇੱਕ ਤਾਂ ਵੀਵਿੰਗ ਆ ਗਈ ਵਾਲੀ ਜੀ ਫਿਰ ਵਿੱਚ ਡਿਜੀਟਲ ਪ੍ਰਿੰਟ ਆ ਗਿਆ ਨਾਲ ਵੀਵਿੰਗ ਦੀ ਬੂਟੀ ਆ ਗਈ ਇਹ ਹੈਗਾ ਗ੍ਰੀਨ ਕਲਰ ਦੂਜਾ ਹੈਗਾ ਪੀਚ ਕਲਰ ਇੱਕਦਮ ਸਾਦਗੀ ਵਾਲਾ ਕਨਸੈਪਟ ਹੈ ਕੋਈ ਵੀ ਇਹਨੂੰ ਪਾ ਸਕਦਾ ਜੀ ਚੰਦਰ ਕਲਾ ਸਤਿ ਸ਼੍ਰੀ ਅਕਾਲ ਵੀਰ ਜੀ ਦੀਪ ਗਰੋਵਰ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਪਾਸੇ ਤੁਸੀਂ ਸਤਿ ਸ਼੍ਰੀ ਅਕਾਲ ਜੀ ਬਹੁਤ ਸੁੰਦਰ ਹੈ ਜੀ ਸੂਟ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਜੀ ਆਈਟਮ ਨੰਬਰ ਅੱਜ ਦੀ ਵੀਡੀਓ ਦੀ 10 ਹੈ ਪ੍ਰਾਈਸ ਪੈਗਾ 3090 ਕੋਦੀਆ ਕਲੈਕਸ਼ਨ ਥੈਂਕ ਯੂ ਜੀ ਜਸਕਰਨ ਕੌਰ ਜੀ ਸਤਿ ਸ਼ਕਾਲ ਜੀ ਜੀ ਅਸੀਂ ਬਹੁਤ ਐਕਸਕਲੂਸਿਵ ਚੀਜ਼ਾਂ ਪਾਨੇ ਆ ਯਾਰੀਆਂ ਦੇਖੋ ਹਰ ਬੰਦੇ ਦੀ ਚੋਇਸ ਆਪਣੀ ਆਪਣੀ ਐਸੀ ਗੱਲ ਨਹੀਂ ਠੀਕ ਹੈ ਨਾ ਹਰ ਬੰਦਾ ਆਪਣੇ ਵੱਲੋਂ ਵਧੀਆ ਚੀਜ਼ਾਂ ਪਾਉਂਦਾ ਵਾ ਇੱਕ ਆ ਪਾਕਿਸਤਾਨੀ ਦੇ ਵਿੱਚ ਮੇਰੇ ਕੋਲ ਦੋ ਤਰ੍ਹਾਂ ਦੀ ਕਲਰ ਮੈਚਿੰਗ ਆਈ ਸੀ ਤੁਹਾਨੂੰ ਦੋ ਪੀਸ ਪਹਿਲਾਂ ਦਿਖਾਈ ਸੀਗੇ ਇੱਕ ਪਿੰਕ ਤੇ 골ਡਨ ਵਾਲਾ ਇੱਕ ਨੂੰ ਮਾਊਸ ਗ੍ਰੇ ਦੇ ਨਾਲ ਇਹ ਪਿੰਕ ਮੈਚਿੰਗ ਆਈ ਇਹ ਦੂਜਾ ਕਲਰ ਆ ਗਿਆ ਉਹ ਵਿੱਚ ਚਾਰ ਪੀਸ ਮੇਰੇ ਕੋਲ ਟੋਟਲ ਆਏ ਨੇ ਇਹ ਦੇਖੋ ਅਮਰਿਤਕੌਰ ਜੀ ਸਤਿ ਸ੍ਰੀ ਅਕਾਲ ਜੀ ਮੋਨਿਕਾ ਸਤਿ ਸ੍ਰੀ ਅਕਾਲ ਜੀ ਜਸਕਰਨ ਜੀ ਸਤਿ ਸ੍ਰੀ ਅਕਾਲ ਰੇਖਾ ਰੇਖਾ ਵੈਰੀ ਗੁੱਡ ਰੇਖਾ ਰੇਖਾ ਰਾਣੀ ਆ ਦੇਖੋ ਲੇਸੀ ਦਾ ਕੀ ਹਿਸਤਾਂ ਜੀ ਇਹ ਪ੍ਰਿੰਟਿੰਗ ਆ ਕੀ ਪੀਚ ਕਲਰ ਦੀ ਹਲਕੀ ਹਲਕੀ ਸਰਵੋਸ ਕੀ ਆ ਗਈ ਸੇਮ ਇਦੀ ਪੈਕ ਫੁੱਲ ਬਾਜੂ ਦੀ ਆਪਸ਼ਨ 3 ਮੀਟਰ ਸ਼ਰਟ ਹੁੰਦੀ ਆ 2.5 ਮੀਟਰ ਬਾਟਮ 2.5 ਮੀਟਰ ਚੁੰਨੀ ਵਾਓ 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 ਇਹ ਦੇਖੋ ਦੁਪੱਟੇ ਦੇ ਉਹ ਸਿਰਫ ਪ੍ਰਿੰਟਿੰਗ ਦਾ ਬਾਰਡਰ ਹੈ ਤੇ ਸ਼ਿਫੋਨ ਦੂਜਾ ਆਏਗਾ ਮਿੰਟ ਗ੍ਰੀਨ ਕਲਰ ਜੀ ਦੋਨੇ ਕਲਰ ਸੁਪਰ ਜੀ ਇਸ ਪੀਛੇ ਵੀ ਆਏਗਾ ਪਿੰਕ ਵੀ ਆਏਗਾ ਗ੍ਰੀਨ ਵੀ ਆਏਗਾ ਠੀਕ ਹੈ ਨਾ ਜੀ ਮਿੰਟ ਗ੍ਰੀਨ ਹਲਕੀ ਹਲਕੀ ਲੇਸਿਸ ਨਾਲ ਨਾਲ ਸਰਬੋਸਕੀ ਚਾਰ ਪਿਸਤਾਨ ਦੁਹਾਤੇ ਦੇ ਟੋਟਲ ਜੀ ਆਈਟਮ ਨੰਬਰ 11 ਤੇ ਪ੍ਰਾਈਸ ਪਏਗਾ 2850 2850 ਜੀ ਪੂਨਮ ਸਿੱਧੂ ਗਰੇਵਾਲ ਸਾਫ ਸਟੀਕਲ ਜੀ ਕਾਟਨ ਪ੍ਰਿੰਟ ਸੂਟ ਇਹ ਵੀ ਜਿਹੜੀ ਕਾਟਨ ਚੱਲ ਰਹੀ ਹੈ ਜੀ ਇਹ ਲੇਕਿਨ ਸਾਡੇ ਕੋਲੇ ਐਕਸਕਲੂਸਿਵ ਕਾਟਨ ਚੱਲ ਰਹੀ ਹੈ ਜੀ ਇਹ ਹਾਂ ਜੀ ਸਿੱਧੂ ਸਾਹਿਬ ਦੇਖੋ ਜੀ ਕਾਟਨ ਦੇ ਵਿੱਚ ਵਧੀਆ ਚੀਜ਼ਾਂ ਸਾਰੀਆਂ ਜੀਆਂ ਲੀਆਂ ਲੋ ਜੀ ਕਹਿੰਦੇ ਕੋਟਨ ਕੋਟਾ ਕੋਟਾ ਕਾਟਨ ਦਾ بیس ਆਏਗਾ ਔਰ ਉੱਤੇ ਸਿਰਫ ਵਾਈਟ ਪ੍ਰਿੰਟਿੰਗ ਆ ਗਈ ਇਸ ਤਾਂ ਜਿਹਦੇ ਵਿੱਚ ਆਲ ਓਵਰ ਚ ਸੇਮ ਫਰੰਟ ਐਂਡ ਬੈਕ ਪ੍ਰਿੰਟਿੰਗ ਹੈ ਐਂ ਨੀਚੇ ਇੰਬਰਾਇਡਰੀ ਆ ਗਈ ਇਹ ਵਿੱਚ ਇਹ ਸਾਰੀ ਹੋਲਦ ਵਾਲੀ ਇੰਬਰਾਇਡਰੀ ਆ ਗਈ ਜਿੱਦਾਂ ਚਿਕਨ ਆਂਦੀ ਹੈ ਨਾ ਇਹ ਸਾਰੀ ਹੋਲਦ ਵਾਲੀ ਇੰਬਰਾਇਡਰੀ ਨੀਚੇ ਸਕੈਲਪਿੰਗ ਆ ਗਈ ਅੱਛਾ ਇਹ ਫਰੰਟ ਫਰੰਟ ਤੇ ਆ ਬੈਕ ਔਰ ਬਾਜ਼ੂ ਪਲੇਨ ਆਣਗੇ ਬਾਟਮ ਪਲੇਨ ਆਏਗੀ ਦੁਪੱਟਾ ਖੋਲੋਗੇ ਬੀਜੀ ਸੁਪਰ ਸੇ ਉੱਪਰ ਵੈਰੀ ਗੁੱਡ ਜੀ ਤਰੁਣ ਢਿੱਲੋਂ ਸਾਹਿਬ ਸ਼ੇਅਰ ਡਨ ਥੈਂਕ ਯੂ ਜੀ ਅਨੂਜੀ ਸਤਿ ਸ਼੍ਰੀ ਅਕਾਲ ਜੀ ਤਰੰਟੇ ਲੋਜੀ ਬ੍ਰਦਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬ੍ਰਦਰ लवली ਕਲੈਕਸ਼ਨ ਥੈਂਕ ਯੂ ਜੀ ਇਹ ਨਾਲ ਦੁਪੱਟੇ ਦੇਖੋ ਸਕਾਈ ਬਲੂ ਦੁਪੱਟਾ ਉਹਦੇ ਤੇ ਪੂਰੀ ਐਮਬਰਾਇਡਰੀ ਹੈ ਪਹਿਲਾਂ ਤਾਂ ਫਿਰ ਪੂਰੀ ਬੂਟੀਆਂ ਵਿੱਚ ਦੇ ਇੱਕ ਲਾਈਟ ਬਲੂ ਆ ਦੂਜਾ ਪਿੰਕ ਕਲਰ ਸਾਡੇ ਕੋਲ ਕਾਫੀ ਆਂ ਡਰਾ ਤਾਂ ਇਹਦਾ ਮਲਦਾ ਬਹੁਤ ਆਂ ਡਰਾ ਦਾਗਾ ਤੁਹੋ ਜਨਪੀ ਰੇਟ ਦੇਖੋ ਕੀ ਆ ਆਈਟਮ ਨੰਬਰ 12 ਤੇ ਪ੍ਰਾਈਸ ਇਹਦਾ ਪਏਗਾ 32 2320 ਰੁਪਏ ਅੱਜ ਤਾਂ ਮੈਡਮ ਘਰੇ ਬੈਠੇ ਹੋਗੇ ਆਰਾਮ ਨਾਲ ਆਰਡਰ ਕਰ ਦਿਓ ਸੰਡੇ ਹੈਗਾ ਦੇਖੋ ਅਸੀਂ ਤਾਂ ਫਿਰ ਵੀ ਕੰਮ ਲੱਗਿਆ ਤੁਹਾਡੇ ਵਾਸਤੇ ਮਿਹਨਤ ਕਰ ਰਹੇ ਹਾਂ ਵੀ ਚਲੋ ਮੈਂ ਕਿਹਾ ਮੈਡਮਾਂ ਘਰੇ ਬਹਿ ਕੇ ਪਰਚੇਜ਼ਿੰਗ ਵਧੀਆ ਕਰ ਲੈਣਾ ਹਨਾ ਕਈ ਵਾਰ ਕੰਮ ਤੇ ਵੀ ਜਾਣਾ ਪੈਂਦਾ ਐਸੀ ਗੱਲ ਨਹੀਂ ਅੱਜ ਕੱਲ ਲੇਡੀਜ਼ ਕੁੜੀਆਂ ਸਭ ਕੰਮ ਵੀ ਕਰਦੀਆਂ ਨੇ ਪਰ ਸੰਡੇ ਦਾ ਘਰੇ ਹੋਈ ਆਰਾਮ ਨਾਲ ਬਹਿ ਕੇ ਦੇਖ ਸਕਦੇ ਆ ਵੀਡੀਓ ਕਿਉਂਕਿ ਚੀਜ਼ਾਂ ਸਾਰੀਆਂ ਵਧੀਆ ਨਹੀਂ ਉਹ ਤਾਂ ਬਾਹਰ ਵੀ ਦਿਨ ਚੜ ਗਏ ਹੋਣਾ ਬਾਹਰ ਆਊਟ ਆਫ ਇੰਡੀਆ ਵੀ ਕੈਨੇਡਾ ਵਗ ਲੋਜੀ ਕਾਚੀ ਦਿਨਾ ਜਰਾ ਪ੍ਰਿੰਟਿੰਗ ਆਏਗੀ ਸਾਰੀ ਲੇਲਨ ਕਾਟਨ ਦੇ ਉੱਤੇ ਇਹ ਟੈਕਸਚਰ ਪ੍ਰਿੰਟਿੰਗ ਬੋਲਦੇ ਨੇ ਸਾਰੀ ਜੀ ਇਹ ਸਾਰੀ ਟੈਕਸਚਰ ਪ੍ਰਿੰਟਿੰਗ ਹੈ ਇਹਦੇ ਉੱਪਰ ਲੇਸ ਆ ਗਈ ਔਰ ਐਮਬਰਾਇਡਰੀ ਵਾਲੀ ਤੇ ਇਹ ਸਾਰੀ ਡੋਰੀ ਨਾਲ ਐਮਬਰਾਇਡਰੀ ਦੇ ਫਲਾਵਰ ਬਣੇ ਸਾਰੇ ਇਸ ਤਾਂ ਇਹ ਸਾਰੀ ਐਮਬਰਾਇਡਰੀ ਹੈ ਦੇਖੋ ਚੀਜ਼ਾਂ ਕਿੰਨੀਆਂ ਪਿਆਰੀਆਂ ਲੈ ਕੇ ਆਨੇ ਆ ਸੀ ਪੂਰੀ ਸ਼ਰਟ ਦਾ ਫਰੰਟ ਹੈ ਫੁੱਲ ਬਾਜੂ ਦੀ ਆਪਸ਼ਨ ਹੈ ਉੱਪਰ ਲੇਸਿੰਗ ਵਾਲੀ ਵੀ ਨੈਕ ਬਣਾਤਾ ਤੇ ਦੁਪੱਟਾ ਕੋਟੇ ਦਾ ਉਹਦੇ ਵਿੱਚ ਵੀ ਹਲਕੀ ਹਲਕੀ ਸਟੋਨ ਦੇ ਤੇ ਪ੍ਰਿੰਟਿੰਗ ਦੇਤੀ ਲੇਸਾਂ ਦੇਤੀਆਂ ਤੇ ਦੂਜਾ ਕਲਰ ਦਿੱਤਾ ਹੈ ਚ ਗ੍ਰੀਨ ਜੀ ਗ੍ਰੀਨ ਸੀ ਗ੍ਰੀਨ ਆ ਦੇਖੋ ਇਹ ਤੁਹਾਨੂੰ ਪਤਾ ਲੱਗਦੀ ਨੇ ਬ੍ਰਾਈਡਰੀ ਕੀ ਹੈ ਦੇਖੋ ਸਾਰਾ ਰੇਸ਼ਮ ਦਾ ਕੰਮ ਹੈ ਇਹ ਲਓ ਜੀ ਪ੍ਰਾਈਸ ਆਈਟਮ ਨੰਬਰ 13 ਪ੍ਰਾਈਸ ਪੈਗਾ 2910 ਰੁਪਏ ਸਿਰਫ ਬਹੁਤ ਸੁਪਰ ਫੀਸ ਹੈ ਇਹਲੇ ਮਨਦੀਪ ਕੌਰ ਜੀ ਅਮਨਦੀਪ ਜੀ ਕਮਲ ਜੀ ਰਮੀ ਸਿੰਘ ਰਮੀ ਸਿੰਘ ਅਮ੍ਰਿਤ ਢਿੱਲੋਂ ਸਾਹਿਬ ਹਰ ਸਿਮਰਨ ਵੈਰੀ ਗੁੱਡ ਲੋ ਜੀ ਕੈਚ ਹੀ ਦੇਣਾ ਜਰਾ ਇਹਟ ਨਾਡ ਕੋ ਪਹਿਲਾਂ ਔਰਗੈਂਜ਼ਾ ਉੱਤੇ ਆ ਰਹੀ ਸੀਗੀ ਜੀ 3155 ਦੇ ਪੇਮੈਂਟ ਆ ਗਈ ਬੇਟਾ ਉਹਨਾਂ ਦੀ ਬਿੱਲ ਬਣਾ ਦੇਣਾ ਥੋੜਾ ਪੇਜ ਨੂੰ ਇਹ ਸਾਰੀ ਬਲੌਕ ਪ੍ਰਿੰਟਿੰਗ ਆਈਗੀ ਕਾਟਨ ਦੇ ਉੱਤੇ ਇਹਦੇ ਹਲਕੇ ਹਲਕੇ ਗ੍ਰੇ ਤੇ ਪਿੰਕ ਕਲਰ ਦੀ ਐਮਬਰਾਇਡਰੀ ਹੈ ਬਸ ਤੇ ਆ ਫਿਰ ਗ੍ਰੇ ਤੇ ਪਿੰਕ ਦੀ ਐਮਬਰਾਇਡਰੀ ਆ ਗਈ ਇਹ ਚ ਆਰੀ ਦਾ ਕੰਮ ਆ ਸਾਰਾ ਇਹ ਤਿੰਨ ਬੂਟੇ ਨੇ ਆਰੀ ਵਾਲੇ ਸਾਈਡਾਂ ਉੱਤੇ ਪ੍ਰਿੰਟਿੰਗ ਨਾਲ ਆਰੀ ਚੱਲਦੀ ਪਈ ਹੈ ਉੱਪਰ ਕੁੜਤਾ ਪੱਟੀ ਨੈੱਕ ਵਾਲੇ ਚ ਫੁੱਲ ਬਾਜ਼ੂ ਹੈ ਕਪੜਾ ਬਹੁਤ ਫਾਈਨ ਹੈ ਟੈਬੀ ਦਾ ਨਾਲ ਦੁਪੱਟਾ ਵਾਜੀ ਇਹਦੇ ਚ ਦੁਪੱਟੇ ਤੇ ਓਨਲੀ ਬਲੌਕ ਹੈ ਨਾਲ ਨਾਲ ਪਿੰਕ ਦੀ ਐਮਬਰਾਇਡਰੀ ਹਲਕੀ ਹਲਕੀ। ਇੱਕ ਗ੍ਰੇ ਉੱਤੇ ਪਿੰਕ ਐਮਬਰਾਇਡਰੀ ਆ ਗਈ, ਦੂਜਾ ਹੈਗਾ ਗ੍ਰੀਨ ਦੇ ਉੱਤੇ ਪਿੰਕ ਐਮਬਰਾਇਡਰੀ। ਬਹੁਤ ਫਾਈਨ ਕਾਟਨ ਹੈ ਜੇ ਤੋ ਕਪੜਾ ਤੁਹਾਡੇ ਹੱਥ 'ਚ ਆਏਗਾ ਨਾ ਤੁਸੀਂ ਵਾਕੀ ਕਹੋਗੇ ਕਿ ਕਾਟਨ ਸੁਪਰ ਤੋਂ ਵੀ ਉੱਪਰ ਹੈ ਜੀ ਇਹ। ਜਿੱਦਾਂ ਜਿੱਦਾਂ ਕਾਟਨ ਨੂੰ ਵਾਸ਼ ਕਰੋਗੇ ਨਾ ਫਾਈਨ ਕੁਆਲਿਟੀ ਹੋ ਜਾਂਦੀ ਜਾਏਗੀ ਇਹ। ਵਾਓ। ਲਓ ਜੀ ਆਈਟਮ ਨੰਬਰ ਇਹ 14 ਪ੍ਰਾਈਸ ਪਏਗਾ 31.50। ਨੈਕਸਟ ਚਲੋ ਜੀ। ਉਹ ਜਿਹੜਾ ਨੂੰ ਪ੍ਰਿੰਟਿੰਗ ਦਿਖਾ ਰਿਹਾ ਇਹ ਸੁਪਰ ਬ੍ਰਾਂਡ ਦੀ ਪ੍ਰਿੰਟਿੰਗ ਹੈ। ਆਰ ਤਕਰੀਬਨ 3500 3400 ਦੀ ਰੇਂਜ ਚਾਈਟ ਮਾਦੀ ਸੀ ਪਹਿਲਾਂ ਹੁਣ ਇਹਨੂੰ ਥੋੜਾ ਜਿਹਾ ਚੇਂਜ ਕਰਕੇ ਸ਼ਿਫ ਕਾਟਨ ਦੇ ਵਿੱਚ ਬਣਾ ਰਹੇ ਹਾਂ ਨਾਲ ਸ਼ਿਫੋਨ ਦੀਆਂ ਚੁੰਨੀਆਂ ਦੇ ਰਹੇ ਆ ਦੇਖੋ ਇਹ ਨੀਚੇ ਕਾਟਨ ਦੀ ਐਮਬਰਾਇਡਰੀ ਵਾਲਾ ਬਾਰਡਰ ਆ ਗਿਆ ਲੇਸ ਨਹੀਂ ਹੁੰਦੀ ਜੀ ਐਮਬਰਾਇਡਰੀ ਹੁੰਦੀ ਹੈ ਇਹ ਆਹ ਜੁਆਇੰਟ ਲੇਸ ਆ ਗਿਆ ਉੱਪਰ ਅਵਰ ਜਿੰਨਾ ਵੀ ਫਲਾਵਰ ਪ੍ਰਿੰਟ ਦਿੱਤਾ ਔਰ ਇਹ ਤੇ ਹਲਕੀ ਹਲਕੀ ਡੋਰੀ ਦੀ ਐਮਬਰਾਇਡਰੀ ਤੇ ਤਿੱਲੇਕਾਰੀ ਦਾ ਕੰਮ ਹੁੰਦਾ ਸਾਰਾ ਲਾਈਟ ਗੋਲਡਨ ਕਲਰ ਦੇ ਵਿੱਚ ਆ ਦੇਖੋ ਨਿੱਕੇ ਨਿੱਕੇ ਫਲਾਵਰ ਹਾਈਲਾਈਟ ਕਰਤੇ ਬਿਗ ਰੋਜ਼ ਨੂੰ ਹਾਈਲਾਈਟ ਕਰਤਾ ਇਸ ਤਾਂ ਮਤਲਬ ਕੋਲ ਮਿਲਾ ਕੇ ਚੀਜ਼ ਬਹੁਤ ਸੋਹਣੀ ਲੱਗ ਰਹੀ ਹਲਕੀ ਜੀ ਚਮਕ ਵੀ ਹੈਗੀ ਹੈ ਕਿ ਜਿਹੜਾ ਜਿੰਨਾ ਮਰਜ਼ੀ ਦੀ ਦੀ ਰੱਖ ਸਕਦੇ ਹੋ ਆਪਣਾ 22 23 24 25 26 27 28 30 ਤੱਕ ਵੀ ਰੱਖ ਸਕਦੇ ਆਪਾਂ ਜੀ ਬਾਟਮ ਪਲੇਨ ਹੁੰਦੀ ਹੈ ਜੀ ਬਾਟਮ ਸੇਮ ਕਲਰ ਹੈ ਜਿਹਦੀ ਜਿਹਦੀ ਬਾਟਮ ਉਲਟ ਪਲਟ ਹੋਵੇ ਨਾਲ ਦੱਸ ਦਿੰਦੇ ਆ ਅਸੀਂ ਹੁਣ ਜਿਵੇਂ ਗ੍ਰੇ ਕਲਰ ਹੈ ਗ੍ਰੇ ਬਾਟਮ ਹੈ ਮੋਵ ਕਲਰ ਹੈ ਮੋਵ ਬਾਟਮ ਹੈ ਠੀਕ ਹੈ ਜੀ ਸ਼ਿਫੋਨ ਦੀ ਚੁੰਨੀ ਨਾਲ ਡਿਜ਼ਾਈਨਰ ਦੇ ਇਸਤਾ ਜੀ ਦੋਨੇ ਕਲਰ ਬਹੁਤ ਖੂਬਸੂਰਤ ਨੇ ਆਈਟਮ ਨੰਬਰ ਅੱਜ ਦੀ ਵੀਡੀਓ ਦੀ ਇਹ 15 ਪ੍ਰਾਈਸ ਹੈਗਾ ਸਿਰਫ 2750 ਰੁਪਏ ਰੇਟ ਵੀ ਠੀਕ ਹੈ ਲੁੱਕ ਵੀ ਅੱਛੀ ਹੈ ਜੀ ਦੀ ਦੋਨੇ ਪੀਸ ਹੋਣੇ ਨੇ ਜੀ ਲੋ ਜੀ ਤੈਨੂੰ ਹੋਰ ਦਿਖਾਉਣ ਨੂੰ ਸਿੰਗਲ ਸਿੰਗਲ ਨਹੀਂ ਡਬਲ ਆਣਾ ਬੀਬੀ ਇੱਕ ਪੀਸ ਨੂੰ ਡਬਲ ਹੈ ਬਾਕੀ ਪਰ ਸਿੰਗਲ ਸਿੰਗਲ ਪੀਸ ਦਿਖਾਵਾਂਗੇ ਇਹ ਵੀ ਚੀਜ਼ ਬਹੁਤ ਐਕਸਕਲੂਸਿਵ ਹੈ ਜੀ ਅਲੀ ਇਹ ਬੰਬੇ ਦੀ ਕਲੈਕਸ਼ਨ ਹੈ ਸਾਰੀ ਜੀ ਲਈ ਇਹ ਡਿਜੀਟਲ ਪ੍ਰਿੰਟ ਹੈ ਜੀ ਅਲੀ ਇਹ ਪਿਓਰ ਡਿਜੀਟਲ ਹੈ ਸਭ ਤੋਂ ਫਾਈਨ ਪ੍ਰਿੰਟ ਜਿਹਨੂੰ ਆਪਾਂ ਕਹਿੰਦੇ ਆ ਨਾ ਆ ਦੇਖੋ ਸਾਰਾ ਡਿਜੀਟਲ ਪ੍ਰਿੰਟ ਹੈ ਜੀ ਲੈ ਗਰੇ ਦੇ ਉੱਤੇ ਕਪੜਾ ਬਹੁਤ ਸੋਹਣਾ 2x2 ਕਾਟਨ ਆਈ ਇਹਲਾ ਇਹ ਨੀਚੇ ਸੇਮ ਲੈ ਸਾ ਕੀ ਐਮਬਰਾਇਡਰੀ ਵਾਲੀ ਤੇ ਇਹ ਜਿੰਨਾ ਵੀ ਪ੍ਰਿੰਟ ਆ ਨਾ ਛੜ ਦੇ ਛੜ ਦੇ ਸੈਂਟਰ ਆ ਦਾ ਜਿਹੜਾ ਪ੍ਰਿੰਟ ਹੈਗਾ ਨਾ ਇਹ ਸਾਈਡਾਂ ਤੇ ਆ ਜਾਣਾ ਠੀਕ ਹੈ ਇਹਲਾ ਜਿਹੜਾ ਛੜ ਦੇ ਸੈਂਟਰ ਚ ਆਏਗਾ ਔਰ ਇਹਦੇ ਉੱਪਰ ਹਾਈਲਾਈਟ ਕੀਤਾ ਦੇਖੋ ਬਿਲਕੁਲ ਹਾਈਲਾਈਟ ਕਿਤਨਾ ਕਿਤ ਬਿਲਕੁਲ ਜ਼ੀਰੋ ਨੰਬਰ ਦੇ ਕੜਦਾਣੇ ਨਾਲ ਤੇ ਹਲਕੀ ਜੀ ਐਂਟੀਕ ਕਲਰ ਦੀ ਸਰਵੋਸਕੀ ਨਾਲ ਪਿਛਲ ਕਲ ਕਾ ਸ਼ੀਸ਼ਾ ਦੇ ਤਾਇਰੇ ਚ ਪੂਰੀ ਛੜ ਦੇ ਫਰੰਟ ਉੱਤੇ ਆਉਟਿੰਗ ਕੀਤੀ ਇਸ ਤੋਂ ਸੇਮ ਇਹਦੀ ਬੈਕ ਆਏਗੀ बॉਟਮ ਸੇਮ ਕਲਰ ਦੀ ਦੁਪੱਟੇ ਦੇ ਵੀ ਸੁਪਰ ਚੀਜ਼ ਆ ਦੁਪੱਟੇ ਤੇ ਕੋਟੇ ਦਾ ਦੁਪੱਟਾ ਵਾ ਉਹਨੇ ਤੇ ਵੀ ਪ੍ਰਿੰਟਿੰਗ ਕੀਤੀ ਆ ਨਾਲ ਹਾਈਲਾਈਟ ਕੀਤਾ ਉਹਦੇ ਚਾਰੇ ਪਾਸੇ ਸੇਮ ਲੇਸ ਚੜ ਦੇ ਘੇਰੇ ਵਾਲੀ ਇਹ ਹੈਗਾ ਗ੍ਰੇ ਉੱਤੇ ਬਲੂ ਇਹ ਹੈਗਾ ਗ੍ਰੇ ਉੱਤੇ ਟਿੰਕ ਵਾਕਈ ਗਲਵਾ ਦਾ ਪੀਸ ਦੀ ਯਾਰ ਦੇਖੋ ਮਿਹਨਤ ਤਾਂ ਹਰ ਬੰਦਾ ਕਰਦਾ ਇਹ ਚੀਜ਼ਾਂ ਬਣਾਉਣ ਵਾਸਤੇ ਵੀ ਵੇਚਣ ਵਾਸਤੇ ਵੀ ਬਾਕੀ ਜੇ ਤੁਸੀਂ ਸਟਿਚ ਕਰਾਉਗੇ ਤੁਸੀਂ ਵੀ ਮਿਹਨਤ ਕਰੋਗੇ ਐਸੀ ਗੱਲ ਨਹੀਂ ਠੀਕ ਹੈ ਨਾ ਜੀ ਵੰਦਨਾ ਕਾਲਿਆਈ ਸਤਿ ਸ੍ਰੀ ਅਕਾਲ ਜੀ ਲਓ ਜੀ ਆਈਟਮ ਨੰਬਰ 16 4330 ਰੁਪਏ ਫਾਈਨ ਕਾਟਨ ਨੇ ਵੇਚਾ ਜੀ ਕਪੜਾ ਬਹੁਤ ਵਧੀਆ ਹੈਲਾ ਇਹ ਮਤਲਬ ਐਦਾਂ ਦੀ ਕਾਟਨ ਨਹੀਂ ਹੈ ਕਿ ਤੁਸੀਂ ਇਹਨੂੰ ਇੱਕ ਸੀਜ਼ਨ ਪਾ ਕੇ ਛੱਡ ਦੋਗੇ ਜਦੋਂ ਪਾਓਗੇ ਚੀਜ਼ ਬੈਸਟ ਲੱਗਣੀ ਹੈ ਲਓ ਜੀ ਕਹਿ ਦੇ ਹੁਣ ਸਿੰਗਲ ਸਿੰਗਲ ਪੀਸ ਤੁਹਾਨੂੰ ਦਿਖਾਣੇ ਨੇ ਮਤਲਬ ਇਹ ਚ ਤੁਹਾਨੂੰ ਕੁਆਂਟੀਟੀ ਜਿੰਨੀ ਕਹੋਗੇ ਮਿਲ ਜੇਗੀ ਲੇਕਿਨ ਇਹ ਚ ਕਲਰ ਆਪਸ਼ਨ ਨਹੀਂ ਹੈਗੀ ਜੀ ਇਹ ਪਿਓਰ ਕੋਟਾ ਦੀ ਸ਼ਰਟ ਹੈ ਜੀ ਮਤਲਬ ਕੋਟਾ ਫੈਬਰਿਕ ਹੈ ਕਾਟਨ ਮਿਲ ਮਡ ਕੋਟਾ ਵਾ ਠੀਕ ਹੈ ਉਹਦੇ ਉੱਪਰ ਪਹਿਲਾਂ ਐਮਬਰਾਇਡਰੀ ਆ ਕਿ ਸ਼ਿਫਲੀ ਦੀ ਆ ਨੀਚੇ ਪਹਿਲਾਂ ਬਾਰਡਰ ਆ ਗਿਆ ਸਾਰਾ ਐਮਬਰਾਇਡਰੀ ਦਾ ਉਦੇ ਉੱਪਰ ਜਾਲ ਲੱਗਾ ਸਾਰਾ ਸ਼ਿਫਰੀ ਦਾ ਠੀਕ ਹੈ ਜੀ ਲਾ ਫਿਰ نیچے ਇੱਕ এমਬਰਾਇਡਰੀ ਲੱਗ ਕਰਤੀ ਸਕੈਲਪਿੰਗ ਦੇ ਵਿੱਚ ਗ੍ਰੀਨ ਤੇ ਲਾਈਟਨ ਡਾਰ ਗ੍ਰੀਨ ਦੇ ਵਿੱਚ ਠੀਕ ਹੈ ਘੇਰੇ ਦੇ ਉੱਤੇ ਫਿਰ ਉੱਪਰ ਇਸੇਵੇਂ ਦੇ ਵਿੱਚ ਦਿੱਤਾ ਕੁੜਤਾ ਪੱਟੀ ਨੈਕ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਇਹਨੂੰ ਕੁੜਤਾ ਪੱਟੀ ਬਣਾਉਣਾ ਚਾਹੋ ਉਹ ਬੈਨ ਬਣਾਉਣਾ ਚਾਹੋ ਵੀ ਸ਼ੇਪ ਬਣਾਉਣਾ ਚਾਹੋ ਰਾਉਂਡ ਬਣਾਉਣਾ ਚਾਹੋ ਉਹ ਤੁਸੀਂ ਕੋਈ ਵੀ ਸ਼ੇਪ ਦੇਣੀ ਨੈਕ ਨੂੰ ਇਹ ਨਹੀਂ ਕਿ ਤੁਹਾਨੂੰ ਜੀ ਅਸੀਂ ਕੁੜਤਾ ਪੱਟੀ ਕਰ ਰਹੇ ਹਾਂ ਤਾਂ ਆਪਾਂ ਕੁੜਤਾ ਪੱਟੀ ਬਣਾਣਾ ਠੀਕ ਹੈ ਜੀ ਫਿਰ ਨਾਲ ਦੁਪੱਟਾ ਦੇਖੋ ਜਰਾ ਤੁਸੀਂ ਇਹਦੇ ਪਿਓਰ ਸ਼ਿਫੋਨ ਦੀ ਚੁੰਨੀ ਆ ਹਲਕੀ ਹਲ ਇਹ ਹੈ ਪ੍ਰਿੰਟਿੰਗ ਦੇਖੋ ਦੁਪੱਟੇ ਉੱਤੇ। ਬਾਕੀ ਚੀਜ਼ਾਂ ਬੰਬਲੇ ਸਾਰੀਆਂ ਜਿਲੀਆਂ। ਲੋ ਜੀ ਸਿੰਗਲ ਸਿੰਗਲ ਪੀਸ ਨੇ ਜਿਹਨਾਂ 'ਚ ਕਲਰ ਨਹੀਂ ਹੁੰਦੇ ਜੀ ਆਈਟਮ ਨੰਬਰ ਪੀਸ ਜਿੰਨੇ ਕੋਹਾਂ ਨੂੰ ਮਿਲ ਜਾਣਗੇ 17 ਨੰਬਰ ਆਈਟਮ 3740 ਰੁਪਏ। ਨੈਕਸਟ ਚਲੋ ਜੀ। ਲੋ ਜੀ ਕਿਆ ਦੇਖੋ ਇਹ ਲੀਨੋ ਕਾਟਨ ਦੇ ਉੱਤੇ ਆਈਟਮ ਆਈ ਹੈ ਨਾਲ ਨਾਲ ਚਿਕਨਕਾਰੀ ਵੀ ਹੈ ਲੀਨੋ ਕਾਟਨ ਵੀ ਹੈ ਨਾਲ ਨਾਲ ਪੈਚਿੰਗ ਵੀ ਹੈ। ਦੇਖੋ ਤਿੰਨ ਤਿੰਨ ਚਾਰ ਚਾਰ ਆਰਟੀਕਲ ਨੇ ਇੱਕ ਇੱਕ ਸੂਟ ਦੇ ਵਿੱਚ। ਇਹ ਪਹਿਲਾਂ ਲੀਨੋ ਕੋਟਨ ਲਾ ਗਈ ਜੀ ਲైనా ਵਾਲੀ ਠੀਕ ਹੈ ਫਿਰ ਇਹਦੇ ਚਿਕਨ ਕਾਰੀ ਦਾ ਨਾਲ ਸਾਈਡਾਂ ਉੱਤੇ ਐਡੀਸ਼ਨ ਕਰਤੀ ਫਿਰ ਨੀਚੇ ਸਾਰਾ ਪੈਚ ਦਿੱਤਾ ਐਪਲੀਕ ਵਰਕ ਆ ਦੇਖੋ ਪੈਚ ਹੈ ਜੀ ਇਹ ਸਾਰਾ ਚਿਕਨ ਕਾਰੀ ਦੇ ਉੱਤੇ ਪੈਚ ਕੀਤਾ ਸਾਰਾ ਠੀਕ ਹੈ ਜੀ ਇਹ ਲਾ ਫਿਰ ਉਹਦੇ ਉੱਪਰ ਆਊਟਿੰਗ ਕਰਤੀ ਹਲਕੀ ਹਲਕੀ ਸਿੱਪੀ ਤੇ ਸਰਵੋਸ ਕੀ ਨਾਲ ਫਿਰ ਆ ਸੈਂਟਰ ਦੇ ਵਿੱਚ ਚਾਰ ਪੰਜ ਬੂਟੇ ਦੇ ਦੇ ਪੈਚਿੰਗ ਦੇ ਉੱਪਰ ਦੇਤੀ ਨੈਕਲੇਸਿਸ ਦੇ ਵਿੱਚ ਇਹ ਵੀ ਸਿੰਗਲ ਕਲਰ ਹੈ ਪੀਸ ਜਿੰਨੇ ਕਹੋਗੇ ਮਿਲ ਜਾਣਗੇ ਆ ਲੁੱਕ ਪੂਰੀ ਸ਼ਰਟ ਦੀ ਫਰੰਟ ਦੀ ਫੁੱਲ ਬਾਜ਼ੂ ਦੁਪट्टे ਦੇ ਵੀ ਇਹਦੇ ਸੇਮ ਪੈਚ ਆਏਗਾ ਨਾਲ ਨਾਲ ਲੇਸ ਹੈ ਕਾਟਨ गोल्डन आइटम नंबर 18 प्राइस पेगा सिर्फ 3600 रुपए जी करीन गोरी जी सस्काल् जी गीता जी सस्काल् जी सुखविंदर केल जी सस्काल् जी मोहम्मद जी सस्काल् जी वधिया कलेक्शन और प्रीत कौर जी सस्काल् प्रत्येक बाता जी दी फोटो ਲਈ वेरी गुड लो जी कैची देखो जना जी? दे जी ये प्योर मस्लिन दे ऊपर आइटम है जी येली ये नीचे ग्रीन कलर दा बॉर्डर है प्रिंटिंग इस थिंग ते आ ऊपर सारी कलमकारी टाइप प्रिंटिंग होती है देच ਇਹਦੇ ਤੇ ਕੋਈ ਐਮਬਰਾਇਡਰੀ ਨਹੀਂ ਹੈਗੀ ਸ਼ਰਟ ਦੇ ਪੂਰੇ ਫਰੰਟ ਉੱਤੇ ਸਿਰਫ ਨੈਕ ਤੇ ਹਲਕੀ ਜਿਹੀ 0 ਨੰਬਰ ਦੀ ਐਮਬਰਾਇਡਰੀ ਦੇਖੋ ਕੀਤੀ ਹੋਈ ਆ ਸਾਡੇ ਕੋਲ ਇੰਨੀ ਕੁ ਐਮਬਰਾਇਡਰੀ ਵਿਕਦੀ ਬਸ হোਾਈਟ ਕੱਟ ਦਾ ਨਾ ਹਲਕਾ ਹਲਕਾ হোਾਈਟ ਪਰਲਾ ਬਿਲਕੁਲ ਬਰੀਕ ਜਿਹਾ ਪਰਲਾ ਲੰਬਾ ਮੈਂਦਾ ਉਹ ਵੀ ਹੈਗਾ ਨਹੀਂ ਲੱਗਿਆ ਜੀ ਬਟਨ ਦੇ ਤੇ ਉੱਤੇ ਬਸ ਜਿਹਦੇ ਚ ਉੱਥੇ ਦੁਪੱਟਾ ਖਲੋਤੇ ਜੀ ਦੁਪੱਟੇ ਚ ਲੈਂਥ ਵਾਲੇ ਪਾਸੇ ਪੂਰੀ ਐਮਬਰਾਇਡਰੀ ਹੈ ਬਾਕੀ ਦੁਪੱਟਾ ਪਲੇਨ ਆ ਔਰਗਾਂਜ਼ਾ ਕਾਟਨ ਦੇ ਵਿੱਚ ਆ ਲੁੱਕ ਆਏਗੀ ਪੂਰੇ ਆਰਟੀਕਲ ਦੀ

ਆ ਦੇਖੋ ਸਾਰੀ ਐਮਬਰਾਇਡਰੀ ਹੈ ਜੀ ਇਹ ਪੂਰੀ ਫਰੰਟ ਤੇ ਵੀ ਹੈ ਪੂਰੀ ਬੈਕ ਤੇ ਵੀ ਹੈ ਫੁੱਲ ਬਾਹੂ ਬਨੇਗੀ ਉੱਪਰ ਬਟਨ ਪੱਟੀ ਦਿੱਤੀ ਪੂਟਲੀ ਵਾਲੇ ਬਟਨ ਦਿੱਤੇ ਨੇਕਲੇ ਇਹ ਸਾਰੀ ਐਮਬਰਾਇਡਰੀ ਦਾ ਪੂਰਾ ਜਾਲ ਇਸ ਤਰ੍ਹਾਂ ਹੈ ਇਹ ਪਿਓਰ 2x2 ਰੂਬੀ ਦੀ ਕਾਟਨ ਹੈ ਉਹਦੇ ਉੱਪਰ ਦੇਖੋ ਗ੍ਰੀਨ ਤੇ ਬਲੂ ਕਲਰ ਦੀ ਐਮਬਰਾਇਡਰੀ ਹੈ ਪੂਰੇ ਜਾਲ ਛੜ ਦੇ ਉੱਤੇ ਫਿਰ ਦੁਪੱਟੇ ਉੱਤੇ ਵੀ ਕੋਟੇ ਦਾ ਦੁਪੱਟਾ ਨਾਲ ਇਹ ਯੂਜ਼ ਕੀਤਾ ਵਾ ਚਾਰੇ ਕਾਰਨਰ ਤੇ ਐਮਬਰਾਇਡਰੀ ਹੈ ਸਕੈਲਪਿੰਗ ਹੈ ਵਿੱਚ ਹਲਕੀ ਹਲਕੀ ਬੂਟੀ ਆਈ ਹੈ ਇਹਦੇ ਵਿੱਚ ਠੀਕ ਹੈ ਜੀ ਆਹ ਲੁੱਕ ਆएगी ਪੂਰੇ ਆਰਟੀਕਲ ਦੀ ਇਹ ਵੀ ਸਿੰਗਲ ਕਲਰ ਦਾ ਪੀਸ ਤੁਹਾਨੂੰ 2 3 4 5 ਜਿੰਨੇ ਕਹੋਗੇ ਮਿਲ ਜਾਣਗੇ ਇਹ ਵਿੱਚ। ਉਹ ਜੀ ਆਈਟਮ ਨੰਬਰ 20 ਹੈ ਪ੍ਰਾਈਸ ਇਹਦਾ ਪਵੇਗਾ 4350 ਰੁਪਏ ਇਹ ਰੂਬੀ ਦੀ ਕਾਟਨ ਹੈ 2/2 ਕਾਟਨ ਦਾ ਦੁਪੱਟਾ ਆਲ ਓਵਰ ਸੂਟ ਹੈ ਬਾਟਮ ਪਲੇਨ ਕਾਈ ਸੇਮ ਆਈਟਮ ਤੁਹਾਨੂੰ ਦਿਖਾਤੀ ਜੀ ਪ੍ਰਾਈਸ ਵੀ ਦੱਸਤਾ ਲੋ ਜੀ ਨੰਬਰ ਤੁਸੀਂ ਕੁਆਰੀ ਫੇਰ ਨੋਟ ਕਰ ਲਓ ਜੀ। ਇਹ ਸਾਡੇ ਸਟੋਰ ਦੇ ਨੰਬਰ ਨੇ ਇਹਨਾਂ ਨੰਬਰਾਂ ਤੇ ਵਟਸਐਪ ਕਰਦਾ ਤੁਹਾਨੂੰ ਜੋ ਜੋ ਚੰਗਾ ਲੱਗਦਾ ਪਿਕ ਵੇਚ ਕੇ ਆਪਣੇ ਪੀਸ ਫਾਈਨਲ ਕਰਦੇ ਹੋ ਕਰਦੇ ਹੋਗੇ। ਬਾਕੀ ਤੁਹਾਨੂੰ ਥੋੜੀ ਦੇਰ ਵਿੱਚ ਮੈਂ ਭ ਗਿਫਟ ਹੈਂਪਰ ਤੁਹਾਡਾ ਕਢਣਾ ਸੀਗਾ ਉਹ ਵੀ ਹੌਂਸਟ ਰਿਚ ਕਢ ਦੇਣਾ ਠੀਕ ਹੈ ਜੀ ਓਕੇ ਜੀ ਸਤਿ ਸ੍ਰੀ ਅਕਾਲ ਜੀ ਬਾਏ ਬਾਏ ਜੀ